ਮੈਂ ਇੱਕ ਐਸਾ ਤੇਲ ਦੱਸਣ ਲੱਗਾ ਘਰੇਲੂ ਨੁਸਖਾ, ਇਸ ਗੱਲ ਨੂੰ ਸੇਵ ਕਰ ਲਓ, ਕਿਸੇ ਨੂੰ ਕੋਈ ਵੀ ਬਿਮਾਰੀ ਹੈ ਉਹਦੇ ਤੇ ਕੰਮ ਕਰੇਗਾ। ਪੂਰੇ ਚਿਹਰੇ ਵਾਸਤੇ ਦੋ ਤੁਪਕੇ ਚਾਹੀਦੇ, ਇੱਕ ਤੁਪਕਾ ਇਸ ਪਾਸੇ, ਇੱਕ ਤੁਪਕਾ ਇਸ ਪਾਸੇ, ਇੰਨੋ ਹੀ ਪੂਰੇ ਚਿਹਰੇ ਤੇ ਲਾ ਲਓ। ਕਿਆ ਹੀ ਬਾਤ, ਇੱਥੇ ਰੌਣਕ ਪਤਾ ਲੱਗੇਗੀ। ਇਹ ਦੇਖੋ ਇੱਕ ਬੂੰਦ ਪਾਈ ਹੈ ਮੈਂ, ਦੂਜੀ ਬੂੰਦ ਤੇ ਨਹੀਂ ਪਾਈ। ਠੀਕ ਹੈ, ਇਹ ਜਿੰਨਾ ਤੁਹਾਨੂੰ ਅੰਦਰ ਦਿਖ ਰਿਹਾ ਸਭ ਕੇਸਰ ਹੈ। ਕਿਆ ਬਾਤ, ਐ ਮੈਨੂੰ ਰਗੜਤਾ ਕੇਸਰ ਦਿਖ ਰਿਹਾ ਵਿੱਚ? ਜੀ ਦਿਖ ਰਿਹਾ। ਇਹ ਐ ਮੈਂ ਰਗੜਤਾ ਚੰਗੀ ਤਰ੍ਹਾਂ, ਵੇਖੋ ਫਰਕ ਲਾਈਵ, ਸਮਝੇ ਨੀ, ਪਿਓਰ ਕੇਸਰ ਹੈ। ਹੁੰਦਾ ਕੀ ਹੈ, ਸਾਡਾ ਚਿਹਰਾ ਸਾਫ਼ ਹੁੰਦਾ, ਸਾਡੇ ਜਿਹੜੀ ਕੂਹਣੀਆਂ ਹੈਗੀਆਂ ਨੇ ਇਹ ਕਾਲੀਆਂ ਹੋ ਜਾਂਦੀਆਂ ਨੇ, ਗੋਡੇ ਕਾਲੇ ਹੋ ਜਾਂਦੇ ਨੇ, ਪ੍ਰਾਈਵੇਟ ਪਾਰਟ ਕੋਲੋਂ ਜਿਹੜਾ ਆਲਾ ਦੁਆਲਾ ਹੈਗਾ ਉਹ ਕਾਲਾ ਹੋ ਜਾਂਦਾ, ਸਾਡੀ ਗਰਦਨ ਕਾਲੀ ਹੋ ਜਾਂਦੀ ਹੈ। ਇੱਕ ਲੇਪ ਬਣਾ, ਠੀਕ ਹੈ, ਇਹਦੇ ਥੋੜ੍ਹਾ ਜਿਹਾ ਨਿੰਬੂ ਪਾ ਲਓ, ਠੀਕ ਹੈ, ਥੋੜ੍ਹਾ ਜਿਹਾ ਨਿੰਮ ਦੀ ਪੱਤੀ ਦਾ ਰਸ ਪਾ ਲਓ, ਠੀਕ ਹੈ, ਇਹਦਾ ਲੇਪ ਲਗਾਓ। ਗਰਦਨ ਦੇ ਪਿੱਛੇ ਕਾਲਾ ਹੈ, ਕੂਣੀਆਂ ਕਾਲੀਆਂ, ਗੋਡੇ ਕਾਲੇ ਹੈ ਜਾਂ ਪ੍ਰਾਈਵੇਟ ਪਾਰਟਸ ਕਾਲੇ, ਉੱਥੇ ਲਾਓ, 15 ਮਿੰਟ ਇਹਨੂੰ ਲੱਗਿਆ ਰਹਿਣ ਦਿਓ, ਇਹਨੂੰ ਧੋ ਲਓ। ਸਾਬਣ, ਸ਼ੈਂਪੂ, ਕਲਿਨਜ਼ਰ, ਕੰਡੀਸ਼ਨਰ, ਤੁਸੀਂ ਕਹਿ ਰਹੇ ਹੋ ਕਿ ਇਹ ਸਾਡੇ ਸਰੀਰ ਵਾਸਤੇ, ਖਾਸ ਕਰਕੇ ਸਾਡੀ ਚਮੜੀ ਵਾਸਤੇ ਜਿਹੜੇ ਉਹ ਇਸ ਵੇਲੇ ਜਿਹੜੇ ਆ ਰਹੇ ਨੇ ਉਹ ਜ਼ਹਿਰ ਨੇ। ਉਹਦੇ ਕਰਕੇ ਸਾਰੀ ਪ੍ਰੋਬਲਮ ਆ ਰਹੀਆਂ, ਜਿੰਨੀ ਸਕਿਨ ਦੀ ਪ੍ਰੋਬਲਮ ਹੈ, ਈਵਨ ਕਿ ਰਿਊਮੇਟੋਇਡ ਆਰਥਰਾਈਟਿਸ, ਡਾਇਬਟੀਜ਼, ਸੋਰੀਐਸਿਸ, ਬ੍ਰੇਨ ਵਿੱਚ ਕਲੋਟ ਇਕੱਠੇ ਹੋਣੇ। ਮਹਿੰਗੇ ਮਹਿੰਗੇ ਸਾਬਣ ਲੈ ਕੇ ਨਾ, 500-600 ਰੁਪਏ ਦੀਆਂ, ਕਿਸੇ 'ਚ ਗੋਲਡ ਪਾਇਆ ਹੋਇਆ, ਕਿਸੇ 'ਚ ਚੰਦਨ ਪਾਇਆ ਹੋਇਆ, ਤੁਸੀਂ ਕਹਿ ਰਹੇ ਹੋ ਸਾਬਣਾ ਖਰਾਬ ਕਰ ਦੀ। ਖਾਦ ਖੁਜਲੀ, ਸੋਰੀਐਸਿਸ, ਐਗਜ਼ੀਮਾ, ਸਫੇਦ ਦਾਗ ਪੈ ਜਾਣੇ, ਵਿਟੀਲੀਗੋ, ਇਹ ਜ਼ਿਆਦਾ ਇੰਪਲੀਕੇਟਿਡ, ਪਰ ਇਹ ਆ ਕਿੱਥੋਂ ਰਹੀਆਂ, ਇਹਨੂੰ ਇੱਕ ਹੀ ਗੱਲ 'ਚ ਮੁਕਾਉਣਾ ਚਾਹਾਂਗਾ ਮੈਂ। ਜਿਹੜਾ ਸ਼ੈਂਪੂ ਯੂਜ਼ ਕਰ ਰਹੇ ਹੋ, ਕੰਡੀਸ਼ਨਰ ਯੂਜ਼ ਕਰ ਰਹੇ ਹੋ, ਸਾਬਣ ਯੂਜ਼ ਕਰ ਰਹੇ ਹੋ, ਸਾਡੀਆਂ ਸਕਿਨ ਦੀਆਂ ਜਿਹੜੀਆਂ ਪ੍ਰੋਬਲਮ ਨੇ ਸੇਮ ਬਣੀਆਂ ਰਹਿੰਦੀਆਂ। ਖੁਸ਼ਬੂ ਲੈ ਕੇ ਗੋਰਿਆਂ ਨੂੰ ਸੋਹਣੀ ਕਰਨ ਵਾਲੀ, ਇਹ ਨੂਰ ਵਧਾਉਣ ਵਾਲੀ ਹੈ, ਰੰਗ ਗੋਰਾ ਕਰਨ ਵਾਲੀ ਨਹੀਂ ਹੈ। ਓਕੇ, ਇਹ ਜਿਹੜੀ ਤੁਹਾਡੀ ਛਾਈ ਹੈ ਨਾ, ਇਹਨੂੰ ਕੋਈ ਨਿਸ਼ਾਨ ਹੈ ਫੇਸ ਦੇ ਉੱਤੇ, ਇਹ ਰੈਗੂਲਰ ਕਰੀਮ ਲਾਉਣਾ ਸ਼ੁਰੂ ਕਰੋ। ਓਕੇ, ਇਹ ਜਦਈ ਉਹਨਾਂ ਰੰਗ ਸਾਫ਼ ਹੋ ਗਿਆ ਜਿੰਨਾ ਤੁਹਾਡਾ ਇੱਥੇ ਦਾ ਰੰਗ ਸਾਫ਼ ਹੈ, ਜਿੰਨੇ ਸਾਡੇ ਇੱਥੇ ਦਾ ਨਹੀਂ, ਇੱਥੇ ਦਾ। ਕਿਆ ਬਾਤ ਹੈ, ਮਤਲਬ ਹੱਥ ਦੇ ਰੰਗ ਵਰਗਾ ਰੰਗ ਹੋ ਜਾਣਾ। ਇਹ 16 ਜੜੀ ਬੂਟੀਆਂ ਦੇ ਨਾਲ ਸ਼ੈਂਪੂ ਬਣਿਆ ਹੈ, ਸ਼ੈਂਪੂ ਜੜੀ ਬੂਟੀ ਵਾਲਾ, ਜੜੀ ਬੂਟੀਆਂ ਦੇ ਨਾਲ ਬਣਿਆ ਹੈ। ਤੀਜੇ ਦਿਨ ਤੋਂ ਵਾਲ ਝੜਨੇ ਬੰਦ ਹੋ ਜਾਂਦੇ ਆ। ਅੱਛਾ, ਵਾਲ ਜਿਹੜੇ ਸਫੇਦ ਹੋ ਰਹੇ ਆ ਉਹ ਰੁਕ ਜਾਂਦੇ ਆ, ਵਾਲਾਂ ਨੂੰ ਨਰਿਸ਼ ਕਰਦਾ, ਵਾਲ ਪਤਲੇ ਹੈ, ਰੂਸੀ ਹੈ, ਹਾਂਜੀ, ਉਹਨਾਂ ਨੂੰ ਨਰਿਸ਼ ਕਰਦਾ, ਉਹਨੂੰ ਠੀਕ ਕਰਦਾ। ਵਾਲ ਝੜਦੇ ਆ, ਵਾਲਾਂ ਵਿੱਚ ਸੋਰੀਐਸਿਸ ਹੋ ਗਿਆ, ਵਾਲ ਰੁੱਖੇ ਹੋ ਗਏ ਆ,
ਦਾਦ ਖਾਜ ਖੁਜਲੀ ਹੋ ਗਈ, ਇਹ ਸਾਰੀ ਚੀਜ਼ਾਂ ਦਾ, ਸੋਰੇਸਿਸ ਹੋ ਗਈ, ਐਗਜ਼ੀਮਾ ਹੋ ਗਿਆ, ਸਾਰੀ ਚੀਜ਼ਾਂ ਦਾ ਹੱਲ ਆਯੁਰਵੇਦ 'ਚ ਦੱਸਿਆ। ਇਹਨਾਂ ਤੋਂ ਇਲਾਵਾ ਜਿਹੜਾ ਉਹ ਹੱਲ ਦੱਸਿਆ ਹੋਇਆ ਉਹ ਅਸੀਂ ਹੱਲ ਕਿੱਟ 'ਚ, ਸ਼ੈਂਪੂ 'ਚ, ਕੰਡੀਸ਼ਨਰ 'ਚ, ਕਰੀਮ 'ਚ, ਉਹ ਸਾਰੀ ਜੜੀਆਂ ਬੂਟੀਆਂ ਪਾ ਕੇ ਇਨ ਸ਼ੀਸ਼ੀਆਂ 'ਚ ਬੰਦ ਕਰਦਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਸਾਬਣਾ ਯੂਜ਼ ਕਰਦੇ ਹੋ, ਸ਼ੈਂਪੂ ਯੂਜ਼ ਕਰਦੇ ਹੋ, ਕੰਡੀਸ਼ਨਰ ਯੂਜ਼ ਕਰਦੇ ਹੋ, ਕਲਿੰਜ਼ਰ ਯੂਜ਼ ਕਰਦੇ ਹੋ ਫੇਸ ਵਾਸਤੇ, ਆਪਣੇ ਮੂੰਹ ਧੋਣ ਵਾਸਤੇ, ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਅਸੀਂ ਕਹਿ ਲਈਏ ਕਿ ਫੇਸ ਵਾਸ਼ ਆਉਂਦੇ ਨੇ, ਉਹ ਯੂਜ਼ ਕਰਦੇ ਹੋ, ਤਾਂ ਇਹ ਵੀਡੀਓ ਤੁਹਾਡੀਆਂ ਅੱਖਾਂ ਅਤੇ ਕੰਨ ਦੋਵੇਂ ਖੋਲ੍ਹ ਕੇ ਰੱਖ ਦੇਗੀ। ਅੱਜ ਉਹ ਖੁਲਾਸੇ ਮਾਡਰਨ ਲੋਕਾਂ ਦੇ ਦੇਸੀ ਵੈਦ ਤੁਹਾਡੇ ਸਕਿਨ ਦੇ ਬਾਬਤ, ਤੁਹਾਡੇ ਵਾਲਾਂ ਦੇ ਬਾਬਤ ਕਰਨ ਜਾ ਰਹੇ ਨੇ, ਜੋ ਅੱਜ ਤੱਕ ਨਾ ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਕਦੇ ਦੇਖੇ ਹੋਣਗੇ, ਨਾ ਕਿਸੇ ਦੇ ਮੂੰਹੋਂ ਕਦੇ ਸੁਣੇ ਹੋਣਗੇ। ਪਹਿਲਾਂ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ। ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ, ਆਪਣੀ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਦੀ ਇੱਕ ਵਾਰ ਫਿਰ ਜੀ। ਥੈਂਕ ਯੂ ਜੀ, ਥੈਂਕ ਯੂ ਫਾਰੂਕੀ ਜੀ। ਸਾਰੇ ਸ਼ਰਤਾਂ ਦਾ ਵੀ ਸਵਾਗਤ ਹੈ ਕਿ ਜਿਹੜੇ ਇੰਨੇ ਪਿਆਰ ਸਤਿਕਾਰ ਦੇ ਰਹੇ ਹੈ ਤੇ ਸਾਨੂੰ ਸੁਣ ਰਹੇ ਹੈ ਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਅੱਜ ਮੈਨੂੰ ਆਉਂਦੇ ਨੂੰ ਇਹ ਗੱਲ ਕਹੀ ਹੈ ਕਿ ਅੱਜ ਤੁਹਾਡੇ ਨਾਲ ਉਹ ਗੱਲਾਂ ਅਸੀਂ ਕਰਨੀਆਂ ਨੇ ਜਿਹੜੀਆਂ ਨਾ ਤਾਂ ਤੁਸੀਂ ਕਦੇ ਸੋਚੀਆਂ ਹੋਣੀਆਂ, ਨਾ ਤੁਹਾਨੂੰ ਕਦੇ ਕਿਸੇ ਸੋਸ਼ਲ ਮੀਡੀਆ 'ਤੇ ਕਿਸੇ ਡਾਕਟਰ ਨੇ, ਵੈਦ ਨੇ, ਹਕੀਮ ਨੇ ਦੱਸੀਆਂ ਹੋਣੀਆਂ। ਸਾਬਣ, ਸ਼ੈਂਪੂ, ਕਲਿੰਜ਼ਰ, ਕੰਡੀਸ਼ਨਰ, ਤੁਸੀਂ ਕਹਿ ਰਹੇ ਹੋ ਕਿ ਇਹ ਸਾਡੇ ਸਰੀਰ ਵਾਸਤੇ, ਖਾਸ ਕਰਕੇ ਸਾਡੀ ਚਮੜੀ ਵਾਸਤੇ ਜਿਹੜੇ ਉਹ ਇਸ ਵੇਲੇ ਜਿਹੜੇ ਆ ਰਹੇ ਨੇ ਉਹ ਜ਼ਹਿਰ ਨੇ। ਬਿਲਕੁਲ ਠੀਕ ਗੱਲ ਕਹਿ ਰਹੇ ਹੋ ਫਰੂਖੀ ਜੀ। ਮੇਰਾ ਮੁੱਦਾ ਤੁਹਾਡੇ ਨਾਲ ਜਿਹੜਾ ਰਹਿੰਦਾ ਨਾ, ਉਹ ਇਸ ਤੋਂ ਵੀ ਗਹਿਰਾ ਹੈ। ਮੇਰਾ ਮੁੱਦਾ ਹੈ ਦਾਦ ਖਾਜ ਖੁਜਲੀ, ਸੋਰੀਆਸਿਸ, ਐਗਜ਼ੀਮਾ, ਸਫੇਦ ਦਾਗ ਪੈ ਜਾਣੇ, ਵਿਟੀਲੀਗੋ। ਇਹ ਜ਼ਿਆਦਾ ਕੰਪਲੀਕੇਟਿਡ, ਪਰ ਇਹ ਆ ਕਿੱਥੋਂ ਰਹੀਆਂ ਹੈ, ਇਹਨੂੰ ਇੱਕ ਹੀ ਗੱਲ 'ਚ ਮੁਕਾਉਣਾ ਚਾਹਾਂਗਾ ਮੈਂ। ਜਿਹੜਾ ਸ਼ੈਂਪੂ ਯੂਜ਼ ਕਰ ਰਹੇ ਹੋ, ਕੰਡੀਸ਼ਨਰ ਯੂਜ਼ ਕਰ ਰਹੇ ਹੋ, ਸਾਬਣ ਯੂਜ਼ ਕਰ ਰਹੇ ਹੋ, ਉਹ ਐਡ ਕਿੱਦਾਂ ਦਿੰਦੇ ਆ ਪਤਾ ਤੁਹਾਨੂੰ ਜੀ? ਉਹ ਕਹਿੰਦੇ ਹੈ ਨਿੰਬੂਓ ਕੀ ਸ਼ਕਤੀ, ਬਰਤਨ ਧੋਏ ਇਸਮੇ ਨਿੰਬੂ ਕੀ ਸ਼ਕਤੀ ਹੈ। ਕੰਮ ਤੇ ਨਿੰਬੂ ਕਰ ਰਹੇ ਹੈ, ਵੇਚ ਨਿੰਬੂ ਨੂੰ ਰਹੇ ਹੈ, ਸਮਝ ਰਹੇ ਹੋ? ਸਾਬੁਨ ਇਸਮੇ ਚੰਦਨ ਹੈ, ਇਸਮੇ ਨੀਮ ਹੈ, ਇਸਮੇ ਹਲਦੀ ਹੈ। ਤੁਸੀਂ ਕੀ ਸੋਚ ਕੇ ਲੈ ਰਹੇ ਹੋ, ਮੈਂ ਚੰਦਨ ਲਾ ਰਿਹਾ, ਮੈਂ ਨਿੰਮ ਲਾ ਰਿਹਾ, ਮੈਂ ਹਲਦੀ ਲਾ ਰਿਹਾ? ਸਾਰੇ ਸਮਝਦਾਰ ਹੈ ਜਿਹੜੇ ਮੇਰੀ ਗੱਲ ਸੁਣ ਰਹੇ ਹੈ, ਇਹ ਮੇਰੀ ਇੰਨੀ ਕੁ ਗੱਲ ਤੋਂ ਸਾਰੀ ਗੱਲ ਫੜ ਗਏ ਹੋਣੀ। ਜਦੋਂ ਤੁਸੀਂ ਕੋਈ ਚੀਜ਼ ਸਕਿਨ ਦੇ ਉੱਤੇ ਲਾਉਂਦੇ ਹੋ ਨਾ, ਇਹ ਛੋਟੇ ਛੋਟੇ ਪੋਰ ਹੈ ਜਿੱਥੋਂ ਵਾਲ ਉੱਗੇ ਹੋਏ ਹੈ, ਇਹਦੇ ਨਾਲੇ ਨਾਲੇ ਪੋਰ ਹੈ, ਓਕੇ, ਜਿੱਥੋਂ ਪਸੀਨਾ ਆਉਂਦਾ। ਅਸੀਂ ਜਦੋਂ ਲਾਉਂਦੇ ਹਾਂ ਨਾ, ਇਹ ਬੰਦ ਹੁੰਦੇ ਹੈ, ਇਹਦੇ ਉੱਤੇ ਹੈਲਪਿੰਗ ਬੈਕਟੀਰੀਆ ਹੈ, ਐਸੇ ਜੀਵਾਣੂ ਹੈ ਜਿਹੜੀ ਸਾਡੀ ਸਕਿਨ ਨੂੰ ਪ੍ਰੋਟੈਕਟ ਕਰਦੇ ਹੈ। ਓਕੇ, ਕੱਲਾ ਨੱਕ ਦੇ ਥਰੂ ਹਵਾ ਨਹੀਂ ਜਾਂਦੀ, ਸਕਿਨ ਵੀ ਹਵਾ ਲੈਂਦੀ ਹੈ। ਕੱਲਾ ਪਾਣੀ ਮੂੰਹ ਨਾਲ ਨਹੀਂ ਪੈਂਦੇ, ਸਕਿਨ ਵੀ ਪਾਣੀ ਪੀਂਦੀ ਵੀ ਹੈ ਤੇ ਛੱਡਦੀ ਵੀ ਹੈ। ਜੇ ਤੁਸੀਂ ਸਾਬਣ ਐਵੇਂ ਦੀ ਚੀਜ਼ਾਂ ਲਾਓਗੇ, ਉਹ ਪੋਰ ਬੰਦ ਕਰ ਲੈਂਦੇ ਹਾਂ ਅਸੀਂ। ਕਿ ਜੇ ਤੁਸੀਂ ਨਿੰਮ ਕਹਿ ਕੇ ਸਾਬਣ ਖਰੀਦ ਰਹੇ ਹੋ, ਵੀ ਮੈਂ ਨਿੰਮ ਦੀ ਸਾਬਣ ਲਾ ਰਿਹਾ, ਤੇ ਨਿੰਮ ਕਿਉਂ ਨਹੀਂ ਲਾ ਰਹੇ? ਜੇ ਤੁਸੀਂ ਕਹਿੰਦੇ ਹੋ ਮੈਂ ਹਲਦੀ ਦੀ ਸਾਬਣ ਲਾਉਣਾ, ਉਹ ਹਲਦੀ ਕਿਉਂ ਨਹੀਂ ਲਾ ਰਹੇ? ਇਹਦੇ 'ਚ ਮੁਲੱਠੀ ਹੈ ਜੀ, ਬਹੁਤ ਵਧੀਆ, ਇਹਦੇ 'ਚ ਚੰਦਨ ਹੈ ਜੀ, ਬਹੁਤ ਵਧੀਆ, ਇਹਦੇ 'ਚ ਨਿੰਬ ਹੈ ਜੀ, ਮੈਂ ਬਰਤਨ ਸਾਫ਼ ਕਰਨਾ, ਉਹ ਕਿਉਂ ਨਹੀਂ ਕਰਦੇ ਭਾਈ? ਉਹ ਪਹਿਲੇ ਰਾਖ ਨਾਲ ਵੀ ਇਹਦੇ 'ਚ ਕਨਾਈ ਉਤਰਦੀ ਸੀ ਕਿ ਨਹੀਂ ਉਤਰਦੀ ਸੀ? ਉਤਰਦੀ ਸੀ।
ਹੁਣ ਨਿੰਬੂ ਵਾਲੇ ਉਹਦੇ ਨਾਲ ਵੱਧ ਉਤਰੇਗੀ, ਉਹ ਤਾਂ ਨਿੰਬੂ ਹੀ ਪਾ ਲਓ ਦੋ। ਮੈਂ ਸੁਣ ਰਿਹਾ ਸੀ ਜੀ, ਉਹ ਕਹਿੰਦੇ ਵੀ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਨਿੰਬੂ ਵਾਲੇ ਸ਼ਕਤੀ ਨਾਲ ਬਰਤਨ ਸਾਫ਼ ਕਰ ਲਓ ਜਾਂ ਭਾਂਡੇ ਮਾਂਜ ਲਓ, ਉਹ ਕਹਿੰਦੇ ਵੀ 70 ਵਾਰ ਧੋਣ ਤੋਂ ਬਾਅਦ ਵੀ ਬਰਤਨ ਦੇ ਉੱਤੇ ਨੈਗੇਟਿਵ ਜਿਹੜਾ ਇੰਪੈਕਟ ਹੈਗਾ ਉਹ ਨਹੀਂ ਜਾਂਦਾ। ਦੇਖੋ ਤੁਹਾਡੀਆਂ ਗੱਲਾਂ ਠੀਕ ਹੈ, ਇਹਦੇ ਉੱਤੇ ਰਿਸਰਚ ਹੋ ਰਹੀ ਹੈ, ਇਹ ਵੀ ਰਿਸਰਚਾਂ ਹੋ ਰਹੀਆਂ ਕਿ ਕਿਤੇ ਨਾ ਕਿਤੇ ਕੈਂਸਰ ਦਾ ਕਾਰਨ ਵੀ ਇਹ ਚੀਜ਼ਾਂ ਬਣ ਰਹੀਆਂ। ਓਕੇ, ਉਹ ਬਰਤਨਾਂ ਦੇ ਨਾਲ ਜਦੋਂ ਅਸੀਂ ਵਰਤਨੇ ਆ ਉਹ ਸਰੀਰ ਦੇ ਅੰਦਰ ਚੀਜ਼ਾਂ ਜਾਂਦੀਆਂ, ਹਾਰਮਫੁਲ ਕੈਮੀਕਲ ਜਾਂਦੇ ਆ ਹੱਥਾਂ ਦੇ ਰਾਹੀਂ ਵੀ। ਤਾਂ ਤੁਸੀਂ ਤਾਂ ਕਹਿ ਰਹੇ ਹੋ ਕਿ ਹੱਥ ਤੁਸੀਂ ਧੋ ਲਏ, ਪਹਿਲੇ ਕੀ ਸੀ, ਤੁਸੀਂ ਕੋਈ ਕੰਮ ਕੀਤਾ, ਹੱਥ ਸਾਫ਼ ਕਰਨੇ, ਮਿੱਟੀ ਨਾਲ ਹੱਥ ਸਾਫ਼ ਕਰ ਲਏ, ਰਾਖ ਨਾਲ ਹੱਥ ਸਾਫ਼ ਕਰ ਲਏ, ਚੁੱਲ੍ਹੇ ਦੀ ਰਾਖ ਦੇ ਨਾਲ, ਠੀਕ ਹੋ ਗਿਆ। ਠੀਕ, ਉਹ ਨੈਚੁਰਲ ਚੀਜ਼ਾਂ ਸੀ। ਰਫਨੈਸ ਨੂੰ ਖਤਮ ਕਰਨਾ, ਪਾਣੀ ਸਭ ਤੋਂ ਵਧੀਆ ਸਫਾਈ ਵਾਸਤੇ, ਪ੍ਰੈਸ਼ਰ ਦੇ ਨਾਲ ਪਾਣੀ ਪਾਓ, ਚੀਜ਼ਾਂ ਸਾਫ਼ ਹੋ ਜਾਂਦੀਆਂ, ਕੀਟਾਣੂ ਹੀ ਤਾਂ ਖਤਮ ਕਰਨੇ ਆ ਤੁਸੀਂ ਉੱਥੋਂ। ਤੁਸੀਂ ਕੋਈ ਗੰਦੀ ਚੀਜ਼ ਨੂੰ ਹੱਥ ਲਾਇਆ ਉੱਥੇ ਕੀਟਾਣੂ ਆ ਗਏ, ਤੁਸੀਂ ਇਹ ਸਾਫ਼ ਹੀ ਤਾਂ ਕਰਨਾ। ਪਾਣੀ ਦੇ ਥੱਲੇ, ਤੇਜ਼ ਪਾਣੀ ਦੇ ਥੱਲੇ ਹੱਥ ਪਾਓ, ਸਾਫ਼ ਹੋ ਜਾਣਗੇ। ਪਰ ਇਸ ਤਾਂ ਗੋਰੇ ਵੀ ਹੋਣੇ ਜੀ, ਗੋਰਿਆਂ ਵਾਸਤੇ ਰਾਤੋ ਰਾਤ ਜਿਹੜਾ ਰੰਗ ਗੋਰਾ ਕਰੋ, ਰਾਤੋ ਰਾਤ ਜਿਹੜਾ ਤੁਹਾਡਾ ਰੰਗ ਇਸ ਤਰ੍ਹਾਂ ਸਾਫ਼ ਹੋ ਜਾਏਗਾ, ਚਮਕਣ ਲੱਗ ਜਾਏਗਾ। ਤੇ ਬਹੁਤ ਹੁਣ ਤਾਂ ਇਹ ਵੀ ਆਉਣ ਲੱਗ ਗਏ ਕਿ ਜੀ ਫੰਕਸ਼ਨ ਰੈਡੀ ਕਿੱਟ, ਫੇਸ਼ੀਅਲ ਵਗੈਰਾ ਵੀ ਹੋਣ ਲੱਗ ਗਏ ਕਿ ਫੰਕਸ਼ਨ 'ਤੇ ਜਾਣਾ ਤਾਂ 10 ਮਿੰਟ ਪਹਿਲਾਂ ਤੁਸੀਂ ਆਪਣਾ ਫੇਸ਼ੀਅਲ ਕਰ ਲਓ। ਅਤੇ ਇਹ ਫਿਰ ਚੀਜ਼ਾਂ ਜੀ, ਕਿੱਟ ਨਾ ਸਾਊਥ ਅਫਰੀਕਾ 'ਚ ਵੇਚੋ, ਜਿੰਬਾਵੇ 'ਚ ਕਰੀਮ ਨੂੰ ਵੇਚੋ ਜਿਹੜੀ ਕਹਿੰਦੀ ਹੈ ਰਾਤੋ ਰਾਤ ਗੋਰਾ ਹੋ ਜਾਈਏ, ਐਸੀ ਜਗ੍ਹਾ ਵੇਚੋ ਜਿੱਥੇ ਰੰਗ ਹੀ ਕਾਲਾ, ਜਿੰਨੀ ਮਰਜ਼ੀ ਕਿੱਟ ਵੇਚ ਲਓ, ਉੱਥੇ ਕਿਉਂ ਨਹੀਂ ਸਾਫ਼ ਹੋ ਰਿਹਾ ਰੰਗ? ਇਹ ਹਿੰਦੁਸਤਾਨ 'ਚ ਇਕੱਲੇ ਰੰਗ ਸਾਫ਼ ਹੋ ਰਹੇ ਆ ਕੀ? ਹਿੰਦੁਸਤਾਨ ਵਿੱਚ ਨੈਚੁਰਲ ਚੀਜ਼ਾਂ ਹੈਗੀਆਂ ਜਿਹੜੀ ਰੰਗ ਸਾਫ਼ ਕਰਦੀਆਂ। ਓਕੇ, ਵਿਆਹ ਤੋਂ ਪਹਿਲੇ ਕੀ ਹੁੰਦਾ ਆਪਣੇ ਦੱਸੋ? ਵਟਣਾ ਨਹੀਂ ਲਾਉਂਦੇ ਆਪਾਂ? ਕਿਉਂ ਲਾਉਂਦੇ ਹੋ ਵਟਣਾ? ਕਿ ਮੁੰਡਾ ਸੋਹਣਾ ਲੱਗੇ। ਸੋਹਣਾ ਲੱਗੇ, ਨੈਚੁਰਲ ਚੀਜ਼ਾਂ, ਉਹ ਵਟਣਾ ਲੱਗਦਾ ਸੋਹਣੇ ਲੱਗਣ ਵਾਸਤੇ, ਉਹ ਨਿਖਾਰ ਵਾਸਤੇ ਲੱਗਦਾ, ਜਿਹੜਾ ਰੌਣਕ ਹੈ ਨਾ ਚਿਹਰੇ ਦੀ ਉਹ ਖਿਲ ਕੇ ਆਵੇ। ਰੰਗ ਕੱਚਾ, ਪੱਕਾ, ਗੂੜਾ, ਸਾਂਵਲਾ, ਕੋਈ ਫਰਕ ਨਹੀਂ ਪੈਂਦਾ। ਉਹ ਹਰ ਬੰਦੇ ਦੇ ਰਹਿਣ ਦੇ ਹਿਸਾਬ ਨਾਲ, ਹਰ ਬੰਦੇ ਦੀ ਤਸੀਰ ਦੇ ਹਿਸਾਬ ਨਾਲ, ਏਰੀਏ ਦੇ ਹਿਸਾਬ ਨਾਲ। ਹੁਣ ਜਿਵੇਂ ਆਵੇ ਵਾਲੇ ਬੰਦੇ ਨੂੰ ਤੁਸੀਂ ਕਹਿ ਦਿਓ ਮੈਂ ਤੈਨੂੰ ਆਸਟ੍ਰੇਲੀਆ ਜਿਵੇਂ ਗੋਰਾ ਬਣਾ ਦਾਂਗਾ, ਪੋਸੀਬਲ ਹੈ? ਕੀ ਗੱਲਾਂ ਕਰ ਰਹੇ ਹੋ ਤੁਸੀਂ? ਇਹ ਕਿੱਟਾਂ ਇੰਡੀਆ ਹੀ ਵਿਕਦੀਆਂ, ਕਿਉਂਕਿ ਇੰਡੀਆ ਵਾਲੇ ਆਪਣੀ ਚੀਜ਼ ਨੂੰ ਛੱਡ ਕੇ ਦੂਜੇ ਪਾਸੇ ਭੱਜ ਰਹੇ ਹੈ। ਓਕੇ, ਉਹ ਤੁਸੀਂ ਵਟਣਾ ਲਾਉਂਦੇ ਹੋ, ਤੁਸੀਂ ਵਟਣਾ ਲਾਉਂਦੇ ਹੋ ਸਾਰੀ ਉਮਰ 'ਚ ਇੱਕ ਵਾਰੀ ਜਦੋਂ ਵਿਆਹ ਹੋਣਾ ਹੁੰਦਾ, ਉਸੇ ਦਿਨ ਕਹਿ ਦਿੰਦੇ ਹੋ ਕਿਆ ਚਿਹਰਾ ਨਿਖਰ ਕੇ ਆਇਆ। ਉਹ ਵਟਣਾ ਰੋਜ਼ ਲਾ ਲਓ ਭਾਈ, ਸਹੀ ਗੱਲ ਹੈ, ਰੋਜ਼ ਲਾਓ। ਵੇਸਣ ਹੈ, ਹਲਦੀ ਹੈ, ਚੰਦਨ ਹੈ, ਲਾ ਲਓ ਰੋਜ਼। ਠੀਕ ਹੈ, ਮੁਲੱਠੀ ਪਾ ਲਓ ਵਿੱਚੇ, ਐਨ ਖਿਲ ਕੇ ਰੰਗ ਆਏਗਾ, ਤੁਹਾਨੂੰ ਲੋੜ ਹੀ ਨੈਚੁਰਲ ਰੰਗ ਆਏਗਾ। ਤੁਹਾਡਾ ਜਿਹੜਾ ਤੇਜ਼ ਹੈ ਨਾ ਚਿਹਰੇ ਦਾ, ਰੌਣਕ ਹੈ ਚਿਹਰੇ ਦੀ, ਉਹ ਖਿਲ ਕੇ ਆਏਗੀ, ਉਹ ਹੀ ਖਿਲਣੀ ਚਾਹੀਦੀ ਹੈ। ਰੰਗ ਸਾਫ਼ ਦੀ ਲੋੜ ਨਹੀਂ ਹੁੰਦੀ, ਤੁਹਾਡਾ ਚਮਕ ਦੀ ਲੋੜ ਹੁੰਦੀ ਹੈ ਬਈ, ਮੁੰਡੇ ਦਾ ਲਸ਼ਕਾਰੇ ਮਾਰ, ਹਾਂ ਵਰਚਸ ਜਿਹਨੂੰ ਅਸੀਂ ਕਹਿੰਦੇ ਹਾਂ ਓਜ, ਬਈ ਆਪਾਂ ਕਿਸੇ ਨੂੰ ਵੇਖ ਕੇ ਕਹਿੰਦੇ ਹਾਂ ਨਾ ਬਈ ਇਹਦਾ ਯਾਰ ਬੜਾ ਚਮਕਦਾਰ ਚਿਹਰਾ ਹੈ, ਐ ਨੀ ਕਹਿੰਦੇ ਰੰਗ ਗੋਰਾ, ਉਹਨੂੰ ਅਸੀਂ ਕਹਿੰਦੇ ਹਾਂ ਚਿਹਰਾ ਚਮਕਦਾ। ਚਮਕਦਾ ਕਿਉਂ ਹੈ? ਉਹਦਾ ਇੱਕ ਔਰਾ ਹੁੰਦਾ, ਤੇਜ਼ ਹੁੰਦਾ ਚਾਰੋਂ ਪਾਸੇ, ਵੀ ਕਿਆ ਬਾਤ ਹੈ, ਰੌਣਕ ਦੇ, ਚਾਹੇ ਉਹ ਰੰਗ ਸਾਂਵਲਾ ਹੈ। ਆਪਾਂ ਰੌਣਕ ਵਧਾਉਣੀ ਹੈ ਚਿਹਰੇ ਦੀ, ਕੱਲੀ ਚਿਹਰੇ ਦੀ ਨਹੀਂ ਵਧਾਉਣੀ, ਚਿਹਰੇ ਨੂੰ ਸਪਲਾਈ ਕੌਣ ਦੇ ਰਿਹਾ? ਆਪਣੀ ਸਕਿਨ ਨੂੰ ਸਪਲਾਈ ਕੌਣ ਦੇ ਰਿਹਾ? ਖੂਨ ਦੇ ਰਿਹਾ, ਖੂਨ ਨੂੰ ਸਾਫ਼ ਕਰਨਾ, ਅੰਦਰ ਦੀ ਰੌਣਕ ਵਧਾਉਣੀ ਹੈ। ਇਹ ਤਾਂ ਛੋਟੀਆਂ ਗੱਲਾਂ ਹੈ, ਸ਼ੈਂਪੂ ਹੈ, ਕੰਡੀਸ਼ਨਰ ਹੈ, ਛੋਟੀਆਂ ਗੱਲਾਂ। ਇਹਦੇ ਬਾਅਦ ਜਿਹੜੀ ਪ੍ਰੋਬਲਮ ਆਉਂਦੀ ਹੈ, ਦਾਦ ਹੈ, ਖਾਜ ਹੈ, ਖੁਜਲੀ ਹੈ, ਸੋਰੀਆਸਿਸ ਹੈ, ਐਗਜ਼ੀਮਾ ਹੈ, ਧੱਪੜ ਪੈ ਗਏ, ਇਹ ਪ੍ਰੋਬਲਮਾਂ ਵੱਡੀਆਂ ਪ੍ਰੋਬਲਮ ਹੈ ਪੈਰਲੀ ਜਿਹੜੀ ਡਿਵੈਲਪ ਹੋ ਰਹੀਆਂ ਪਰ ਵੱਧ ਰਹੀਆਂ। ਜੀ ਜੀ ਡਾਕਟਰ ਸਾਹਿਬ, ਪਹਿਲਾਂ ਨਾ ਅਸੀਂ ਕਿਸੇ ਕਿਸੇ ਦੇ ਸੁਣਦੇ ਹੁੰਦੇ ਸੀ ਵੀ ਕਿਸੇ ਦੀ ਜੀ ਫੁਲਵੈਰੀ ਹੋ ਗਈ,
ਕਿਸੇ ਦੇ ਧੱਫੜ ਰੈਸ਼ਿਸ ਹੋ ਗਏ, ਦਾਦ ਕਿਸੇ ਦੀ ਹੋ ਗਈ, ਪਰ ਅੱਜ ਕੱਲ੍ਹ ਤਾਂ ਜੀ ਹਰੇਕ ਹੀ ਦੂਸਰਾ ਤੀਸਰੇ ਬੰਦੇ ਨੂੰ ਕਿਸੇ ਨੂੰ ਧੱਫੜ ਹੋਈ ਜਾਂਦੇ ਨੇ, ਕਿਸੇ ਨੂੰ ਖਾਜ ਹੋਈ ਜਾਂਦੀ ਹੈ, ਕਿਸੇ ਦੇ ਸਿਰ 'ਚ ਖਾਜ ਹੋਈ ਜਾਂਦੀ ਹੈ, ਕਿਸੇ ਦੇ ਇੱਕ ਹਿੱਸੇ 'ਚ ਖਾਸ ਹਿੱਸੇ 'ਚ ਖਾਜ ਹੋਈ ਜਾਂਦੀ ਹੈ, ਫਿਰ ਉਹ ਕੀ ਚੀਜ਼ਾਂ ਜੀ? ਇਹ ਸਾਰੀ ਚੀਜ਼ਾਂ ਦਾ ਇੱਕ ਹੀ ਜਵਾਬ ਹੈ, ਗਲਤ ਖਾਣ ਪਾਣ। ਇਹਨੂੰ ਆਯੁਰਵੇਦ 'ਚ ਲਿਖਿਆ ਹੈ ਵਿਪਰੀਤ ਆਹਾਰ, ਪਿਓਰ ਹਿੰਦੀ 'ਚ ਜਿਹੜੀ ਗੱਲ ਕਹਿੰਦੇ ਉਹ ਆਯੁਰਵੇਦ 'ਚ ਲਿਖੀ ਹੋਈ ਵਿਪਰੀਤ ਆਹਾਰ, ਗਲਤ ਖਾਣ ਪਾਣ। ਉਹਦਾ ਕੀ ਮਤਲਬ ਹੈ? ਗਲਤ ਜੋੜੇ, 105 ਗਲਤ ਤਰ੍ਹਾਂ ਦਾ ਖਾਣਾ ਦੱਸਿਆ ਗਿਆ ਹੈ ਜਿਹੜਾ ਤੁਸੀਂ ਅਗਰ ਮਿਲਾ ਕੇ ਖਾਓਗੇ ਉਹ ਗਲਤ ਹੈ। ਜਿਵੇਂ ਆਪਾਂ ਕਹਿੰਦੇ ਹਾਂ ਮੱਛੀ ਦੇ ਨਾਲ ਦੁੱਧ ਪੀ ਲਓ, ਪੀਂਦਾ ਕੋਈ ਆਪਣੀ? ਨਹੀਂ ਪੀਂਦਾ, ਕਿਉਂ? ਉਹਨਾਂ ਨੂੰ ਪਤਾ ਹੈ ਗਲਤ ਹੈ, ਮੱਛੀ ਖਾਧੀ ਉੱਤੋਂ ਦੁੱਧ ਪੀ ਲਿਆ ਗਲਤ ਹੈ, ਵੀ ਦੁੱਧ ਨਹੀਂ ਪੀਣਾ। ਐਵੇਂ 105 ਕੰਬੀਨੇਸ਼ਨ ਹੈਗੇ ਜਿਹੜੇ ਗਲਤ ਹੈ। ਅੱਛਾ, ਭੱਲਾ ਹੁੰਦਾ ਉਹ ਗੋਲ ਗੱਪੇ ਵਾਲਾ, ਤੇ ਉਹ ਭੱਲਾ ਉਹਦੇ ਚ ਦਹੀਂ ਪਾ ਕੇ ਖਾਂਦੇ ਆ, ਉਹ ਭੱਲਾ ਕਿਸ ਚੀਜ਼ ਦਾ ਬਣਦਾ? ਉੜਦ ਦੀ ਦਾਲ ਦਾ। ਠੀਕ ਹੈ, ਉੜਦ ਦੀ ਦਾਲ ਤੇ ਦਹੀਂ ਗਲਤ ਹੈ। ਅੱਜ ਕੱਲ੍ਹ ਸਾਰੇ ਚਟਕਾਰੇ ਲੈ ਲੈ ਕੇ ਖਾ ਰਹੇ ਹੈ, ਉਹ ਗਲਤ ਹੈ। ਜਦੋਂ ਅਸੀਂ ਵਿਰੁੱਧ ਆਹਾਰ ਖਾਵਾਂਗੇ ਜਿਨ੍ਹਾਂ ਦਾ ਕੰਬੀਨੇਸ਼ਨ ਠੀਕ ਨਹੀਂ ਹੈ, ਮੈਂ ਤਾਂ ਭੱਲਾ ਕੱਢ ਦਿੰਦਾ ਜੀ ਵਿੱਚੋਂ ਜੇ ਮੇਰਾ ਦਿਲ ਕਰਦਾ, ਠੀਕ ਭੱਲਾ ਕੱਢ ਦੇਣਾ ਚਾਹੀਦਾ। ਉਹ ਅਗਰ ਤੁਸੀਂ ਠੀਕ ਕਰ ਲਓਗੇ ਆਪਣਾ, ਮਤਲਬ ਮੈਨੂੰ ਇਹ ਪਤਾ ਨਹੀਂ ਸੀ ਵੀ ਇਹ ਖਾਣਾ ਨਹੀਂ ਚਾਹੀਦਾ, ਮੈਨੂੰ ਵੈਸੇ ਨਹੀਂ ਚੰਗਾ ਲੱਗਦਾ ਸੀ, ਪਰ ਇਹ ਵਿਰੁੱਧ ਆਹਾਰ ਹੈ। ਉੜਤ ਦੇ ਨਾਲ ਦਹੀਂ ਖਾਣਾ ਗਲਤ ਹੈ। ਓਕੇ, ਤੁਸੀਂ ਕਦੀ ਦੇਖਿਆ ਪਿੰਡਾਂ 'ਚ ਆਪਣੇ ਦਹੀਂ ਦੇ ਨਾਲ ਫਰੂਟ ਖਾ ਰਹੇ ਹੋਣ? ਨਹੀਂ, ਗਲਤ ਹੈ। ਉਹ ਪਰਿਵਾਰਾਂ ਨੂੰ ਪਤਾ ਹੈ ਆਪਣਿਆਂ ਨੂੰ, ਜਦੋਂ ਤੁਸੀਂ ਇਹ ਖਾਣ ਪਾਣ ਵਾਲੇ ਪਾਸੇ ਤੁਰ ਪੈਂਦੇ ਹੋ। ਪਰ ਮਾਫ਼ ਕਰਨਾ, ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ, ਅਸੀਂ ਤਾਂ ਜੀ ਸਵੇਰੇ ਸਵੇਰੇ ਆਲੂਆਂ ਦੇ ਪਰਾਂਠੇ ਹੁੰਦੇ ਨੇ, ਨਾਲ ਦਹੀਂ ਹੁੰਦਾ, ਉਸ ਤੋਂ ਬਾਅਦ ਫਿਰ ਗਰਮਾ ਗਰਮ ਚਾਹ ਹੋ ਜਾਂਦੀ ਹੈ। ਗਲਤ ਹੈ ਨਾ, ਸਾਰੀ ਚੀਜ਼ਾਂ ਗਲਤ ਹੈ। ਇੱਕ ਪਾਸੇ ਤੁਸੀਂ ਦਹੀਂ ਲੈ ਰਹੇ ਹੋ, ਉੱਪਰੋਂ ਤੁਸੀਂ ਚਾਹ ਲੈ ਰਹੇ ਹੋ, ਤੁਸੀਂ ਦਹੀਂ ਨੂੰ ਬਾਹਰ ਰੱਖੋ, ਉਹਦੇ 'ਚ ਥੋੜ੍ਹੀ ਜਿਹੀ ਚਾਹ ਪਾ ਕੇ ਵੇਖੋ ਦਹੀਂ ਦਾ ਕੀ ਹੁੰਦਾ, ਤੁਹਾਨੂੰ ਆਪ ਹੀ ਪਤਾ ਲੱਗ ਜਾਏ ਤੁਹਾਡੇ ਢਿੱਡ 'ਚ ਕੀ ਹੋਇਆ। ਜਿਹੜੀ ਚੀਜ਼ ਤੁਸੀਂ ਖਾਧੀ ਹੈ, ਜੋ ਬਾਹਰ ਹੋਏਗਾ ਉਹੀ ਤੇ ਅੰਦਰ ਹੋਏਗਾ। ਬਿਲਕੁਲ ਠੀਕ, ਤੁਸੀਂ ਦਹੀਂ ਲਓ, ਉਹਦੇ 4 ਚਮਚ ਚਾਹ ਦੇ ਪਾ ਦਿਓ, ਤੇ 10 ਮਿੰਟ ਬਾਅਦ ਉਸ ਦਹੀਂ ਦਾ ਹਾਲ ਦੇਖੋ ਕੀ ਹੁੰਦਾ। ਤੁਹਾਨੂੰ ਮੇਰੀ ਗੱਲ 'ਤੇ ਮੇਰੀ ਗੱਲ ਵੀ ਸੁਣਨ ਦੀ ਲੋੜ ਨਹੀਂ, ਤੁਸੀਂ ਆਪ ਹੀ ਛੱਡਣ ਲੱਗ ਜਾਓਗੇ ਚੀਜ਼ਾਂ ਨੂੰ, ਵੀ ਇਹ ਠੀਕ ਨਹੀਂ ਹੈ, ਇਹ ਠੀਕ ਹੈ। ਉਹ ਖਾਣ ਪਾਣ ਕਰਕੇ ਉਹ ਸਾਡੇ ਬਲੱਡ ਦੀ ਐਸਿਡਿਟੀ ਵੱਧ ਜਾਂਦੀ ਹੈ, ਉਹਦੇ ਕਰਕੇ ਸਾਰੀ ਪ੍ਰੋਬਲਮ ਆ ਰਹੀਆਂ, ਜਿੰਨੀ ਸਕਿਨ ਦੀ ਪ੍ਰੋਬਲਮ ਹੈ, ਈਵਨ ਕਿ ਰਿਊਮੇਟੋਇਡ ਆਰਥਰਾਈਟਿਸ, ਡਾਇਬਟੀਜ਼, ਸੋਰੀਐਸਿਸ, ਬ੍ਰੇਨ 'ਚ ਕਲੋਟ ਇਕੱਠੇ ਹੋਣੇ, ਇਹ ਸਾਰੀ ਚੀਜ਼ਾਂ, ਜਿੰਨੀ ਆਟੋ ਇਮਿਊਨ ਡਿਜ਼ੀਜ਼ ਹੈ, ਪਾਰਕਿੰਸੋਨਿਜ਼ਮ, ਹੱਥ ਕੰਬਣਾ, ਹਾਂਜੀ ਹਾਂ, ਇਹ ਸਾਰੇ ਕਾਰਨ ਆਟੋ ਇਮਿਊਨ ਡਿਜ਼ੀਜ਼ ਇਹਦੇ ਕਰਕੇ ਹੀ ਹੈ, ਵਿਰੁੱਧ ਆਹਾਰ ਖਾਣ ਕਰਕੇ। ਓਕੇ, ਇਸ ਕਰਕੇ ਪਰ ਅਸੀਂ ਵਰਤੋਂ 'ਚ ਤਾਂ ਲੈ ਕੇ ਆਉਣੇ ਹਾਂ ਜੀ, ਅਸੀਂ ਤਾਂ ਮੂਲੀ ਨਾਲ ਪਿਆਜ਼ ਖਾਈ ਜਾਂਦੇ ਜੀ, ਕਹਿੰਦੇ ਮੈਂ ਤਾਂ ਇਹ ਵੀ ਪੜਿਆ ਸੀ ਵੀ ਮੂਲੀ ਨਾਲ ਪਿਆਜ਼ ਨਹੀਂ ਖਾਣਾ ਚਾਹੀਦਾ, ਸਾਡੇ ਜਿੱਥੇ ਸੈਲਡ ਦੀ ਪਲੇਟ ਹੁੰਦੀ ਹੈ ਮੂਲੀ ਵੀ ਪਈ ਹੈ, ਸਲਾਦ ਵੀ ਪਿਆ, ਟਮਾਟਰ ਵੀ ਜਿਹੜਾ ਪਿਆ। ਦੇਖੋ ਆਪਣੀ ਚੀਜ਼ਾਂ ਤੋਂ ਹਟ ਰਹੇ ਹਾਂ ਤਾਂ ਹੀ ਸਕਿਨ ਦੀ ਪ੍ਰੋਬਲਮ ਆ ਰਹੀ ਹੈ, ਸਾਡੇ ਇੰਡੀਆ ਤੋਂ ਜ਼ਿਆਦਾ ਇਹ ਵੱਧ ਪ੍ਰੋਬਲਮ ਬਾਹਰ ਦੇ ਦੇਸ਼ਾਂ 'ਚ ਹੈ। ਓਕੇ, ਬਾਹਰ ਦੇ ਦੇਸ਼ਾਂ 'ਚ ਹਰ ਬੰਦੇ ਨੂੰ ਸਕਿਨ ਦੀ ਪ੍ਰੋਬਲਮ ਹੈ, ਕਦੀ ਸਕਿਨ ਸਾਫ਼ ਨਹੀਂ ਕਰਦੇ, ਅਸੀਂ ਤੇ ਸਾਬਣ ਲਾ ਲਾ ਕਸੀ ਜਾਂਦੇ ਹਾਂ, ਹੋਰ ਖਰਾਬ ਕਰ ਰਹੇ ਹਾਂ, ਉਹ ਸਾਬਣ ਲਾ ਕੇ ਹੋਰ ਖਰਾਬ ਹੁੰਦੀ ਹੈ, ਹੋਰ ਖਰਾਬ ਹੋ ਰਹੀ ਹੈ, ਪੋਰ ਬੰਦ ਕਰ ਰਹੇ ਹੋ ਨਾ ਤੁਸੀਂ। ਅਸੀਂ ਤਾਂ ਮਹਿੰਗੇ ਮਹਿੰਗੇ ਸਾਬਣਾਂ ਲੈ ਕੇ ਨਹੀਂ, 5-5, 6-6 ਸੌ ਰੁਪਏ ਦੀਆਂ, ਕਿਸੇ 'ਚ ਗੋਲਡ ਪਾਇਆ ਹੋਇਆ, ਕਿਸੇ 'ਚ ਚੰਦਨ ਪਾਇਆ ਹੋਇਆ, ਤੁਸੀਂ ਕਹਿ ਰਹੇ ਹੋ ਸਾਬਣਾਂ ਖਰਾਬ ਕਰਦੀਆਂ। ਤੁਸੀਂ ਗੋਲਡ ਚੰਦਨ ਦੀ ਸਾਬਣ ਲਾ ਲਈ, ਉਹਦੇ 'ਚ ਚੰਦਨ ਕਿੰਨਾ, ਉਹਦੇ 'ਚ ਗੋਲਡ ਕਿੰਨਾ, ਔਰ ਉਹਦੇ 'ਚ ਕੈਮੀਕਲ ਕਿੰਨਾ, ਇਹ ਕਦੀ ਦੇਖਿਆ? ਸਾਰਾ ਹੀ ਤਾਂ ਕੈਮੀਕਲ, ਝੱਗ ਬਣ ਰਹੀ ਹੈ, ਝੱਗ ਕਿਸ ਚੀਜ਼ ਦੀ ਬਣ ਰਹੀ ਹੈ? ਕੈਮੀਕਲ ਹੀ ਆ ਜਿਹੜੇ ਇਕੱਠੇ ਹੋ ਕੇ ਝੱਗ ਬਣਾ ਰਹੇ, ਤੁਹਾਡੇ ਪੋਰ ਨੂੰ ਬੰਦ ਕਰ ਰਹੇ। ਜਿਹੜੀ ਤੁਸੀਂ ਚੀਜ਼ ਲਾ ਰਹੇ ਹੋ ਉਹ ਚੀਜ਼ ਲਾਣੀ ਚਾਹੀਦੀ ਹੈ ਜਿਹੜੀ ਤੁਸੀਂ ਖਾ ਸਕੋ, ਸਿੰਪਲ ਤਰੀਕਾ ਹੈ। ਚੰਦਨ ਖਾ ਸਕਦੇ ਹੋ, ਚੰਦਨ ਦਾ ਪਾਊਡਰ ਲਾਓ, ਕਿੰਨੇ ਮਨਾ ਕੀਤਾ ਹੈ? ਤ੍ਰਿਫਲਾ ਖਾ ਸਕਦੇ ਹੋ, ਤ੍ਰਿਫਲੇ ਦਾ ਪਾਊਡਰ ਲਾਓ। ਨਿੰਮ ਖਾ ਸਕਦੇ ਹੋ,
ਖਾ ਸਕਦੇ ਹੋ। ਨਿੰਮ ਦਾ ਪਾਊਡਰ ਲਾਓ, ਨਿੰਮ ਦੇ ਪਾਣੀ ਨਾਲ ਲਾਓ, ਹਲਦੀ ਖਾ ਸਕਦੇ ਹੋ, ਹਲਦੀ ਲਾਉਂਦੇ ਆ ਨਾ ਵਟਣੇ, ਬਿਲਕੁਲ ਲਾਉਣੇ, ਵੇਸਣ ਖਾ ਸਕਦੇ ਹੋ, ਵੇਸਣ ਲਾ ਲਓ, ਗੁਲਾਬ ਦੀ ਪੱਤੀਆਂ ਖਾ ਸਕਦੇ ਹੋ ਲਾ ਲਓ, ਇਹੀ ਚੀਜ਼ਾਂ ਕਹਿ ਕੇ ਸਮਾਨ ਵਿਕ ਰਿਹਾ। ਓਹੋ, ਇਹ ਚੀਜ਼ਾਂ ਤੋਂ ਹਟਣਾ ਅਤੇ ਆਪਣੇ ਸਰੀਰ ਨੂੰ ਠੀਕ ਕਰਨਾ। ਮੈਂ ਦਾਅਵਾ ਕਰਨਾ, ਜੇ ਕੋਈ ਠੀਕ ਵਰਤੋਂ ਨਿੰਮ ਦੀ ਕਰ ਲਏ, ਹਲਦੀ ਦੀ ਕਰ ਲਏ, ਮੁਲੱਠੀ ਦੀ ਕਰ ਲਏ, ਚੰਦਨ ਦੀ ਕਰ ਲਏ, ਹਰ ਤਰ੍ਹਾਂ ਦੀ ਸਕਿਨ ਦੀ ਪ੍ਰੋਬਲਮ ਤੋਂ ਦੂਰ ਹੋ ਸਕਦੇ ਹੋ। ਚਾਹੇ ਕਿਸੇ ਨੂੰ ਕਿੰਨੀ ਵੀ ਪੁਰਾਣੀ ਤੋਂ ਪੁਰਾਣੀ ਸੋਰੀਐਸਿਸ ਹੋ ਗਈ ਹੈ, ਜਿਹਦੇ ਚੋਂ ਸਫੇਦ ਪੱਪੜੀ ਜੀ ਉਤਰਦੀ ਹੈ, ਜੀ ਜੀ, ਸਿਰ ਤੋਂ ਉਤਰਦੀ ਹੈ, ਕੰਨਾਂ ਤੋਂ ਆ ਜਾਂਦੀ ਹੈ, ਹੱਥ ਦੇ ਕਿਸੇ ਪਾਸੇ ਹੋ ਜਾਂਦੀ ਹੈ, ਉਹ ਵੀ ਠੀਕ ਹੋ ਜਾਂਦੀ ਹੈ ਅਗਰ ਨਿੰਮ ਦੀ ਠੀਕ ਵਰਤੋਂ ਕਰ। ਅਸੀਂ ਤਾਂ ਮੰਨੀਏ, ਜੇ ਸਾਨੂੰ ਤੁਸੀਂ ਨੁਸਖਾ ਦਿਓ, ਹੁੰਦਾ ਕੀ ਹੈ, ਸਾਡਾ ਚਿਹਰਾ ਸਾਫ਼ ਹੁੰਦਾ, ਸਾਡੇ ਜਿਹੜੀ ਕੂਹਣੀਆਂ ਹੈਗੀਆਂ ਨੇ ਇਹ ਕਾਲੀਆਂ ਹੋ ਜਾਂਦੀਆਂ ਨੇ, ਗੋਡੇ ਕਾਲੇ ਹੋ ਜਾਂਦੇ ਨੇ, ਪ੍ਰਾਈਵੇਟ ਪਾਰਟ ਕੋਲੋਂ ਜਿਹੜਾ ਆਲਾ ਦੁਆਲਾ ਹੈਗਾ ਉਹ ਕਾਲਾ ਹੋ ਜਾਂਦਾ, ਸਾਡੀ ਗਰਦਨ ਕਾਲੀ ਹੋ ਜਾਂਦੀ ਹੈ। ਤੁਸੀਂ ਕਹਿ ਰਹੇ ਵੀ ਕੁਦਰਤ 'ਚ ਬੜੀ ਸ਼ਕਤੀ ਹੈ, ਇਹ ਸਾਰੀਆਂ ਚੀਜ਼ਾਂ 2-3 ਵਾਰ 'ਚ ਕੁਦਰਤੀ ਅਗਰ ਅਸੀਂ ਸ਼ਿੰਗਾਰ ਦਾ ਸਮਾਨ ਵਰਤਦੇ ਹਾਂ ਤਾਂ ਠੀਕ ਹੋ ਜਾਂਦੀਆਂ ਨੇ, ਸਾਫ਼ ਹੋ ਸਕਦੀਆਂ ਨੇ। ਕਿਹੜਾ ਨੁਸਖਾ ਫਾਰਮੂਲਾ ਦਿਓਗੇ ਤੁਸੀਂ ਅੱਜ? ਦੇਖੋ, ਜਿਹੜਾ ਸਾਡਾ ਵਟਣੇ ਦਾ ਫਾਰਮੂਲਾ ਹੈ ਨਾ, ਉਹ ਸਭ ਤੋਂ ਬੈਸਟ ਫਾਰਮੂਲਾ ਹੈ। ਓਕੇ, ਉਹਦੇ 'ਚ ਤੁਸੀਂ ਜਿਹੜਾ ਐਡ ਕਰਨਾ, ਦੇਖੋ ਦੁੱਧ ਲੈ ਲਿਆ, ਵੇਸਣ ਪਾ ਲਿਆ, ਹਲਦੀ ਪਾ ਲਈ, ਚੰਦਨ ਪਾ ਲਿਆ, ਇਹਦਾ ਇੱਕ ਲੇਪ ਬਣਾ ਲਓ, ਠੀਕ ਹੈ। ਇਹਦੇ 'ਚ ਥੋੜ੍ਹਾ ਜਿਹਾ ਨਿੰਬੂ ਪਾ ਲਓ, ਠੀਕ ਹੈ, ਥੋੜ੍ਹਾ ਜਿਹਾ ਨਿੰਮ ਦੀ ਪੱਤੀ ਦਾ ਰਸ ਪਾ ਲਓ, ਠੀਕ ਹੈ। ਇਹਦਾ ਲੇਪ ਲਗਾਓ, ਗਰਦਨ ਦੇ ਪਿੱਛੇ ਕਾਲਾ ਹੈ, ਕੂਣੀਆਂ ਕਾਲੀਆਂ, ਗੋਡੇ ਕਾਲੇ ਹੈ, ਜਾਂ ਪ੍ਰਾਈਵੇਟ ਪਾਰਟਸ ਕਾਲੇ, ਉੱਥੇ ਲਾਓ, 15 ਮਿੰਟ ਇਹਨੂੰ ਲੱਗਿਆ ਰਹਿਣ ਦਿਓ, ਇਹਨੂੰ ਧੋ ਲਓ, ਲਗਾਤਾਰ 1-2-5 ਵਾਰੀ ਕਰਕੇ ਨਹੀਂ ਹੋਣਾ, ਆਰਾਮ ਨਾਲ ਇਹਨੂੰ ਚੱਲਣ ਦਿਓ, ਤੁਸੀਂ ਦੇਖੋਗੇ 1-2 ਮਹੀਨੇ 'ਚ ਉਨਾ ਰੰਗ ਸਾਫ਼ ਹੋ ਗਿਆ ਜਿੰਨਾ ਤੁਹਾਡਾ ਇੱਥੇ ਦਾ ਰੰਗ ਸਾਫ਼ ਹੈ, ਜਿੰਨਾ ਸਾਡੇ ਇੱਥੇ ਦਾ ਨਹੀਂ, ਇੱਥੇ ਦਾ। ਕੀ ਬਾਤ ਹੈ, ਮਤਲਬ ਹੱਥ ਦੇ ਰੰਗ ਵਰਗਾ ਰੰਗ ਹੋ ਜਾਣਾ, ਕੀ ਬਾਤ ਹੈ, ਐ ਨਹੀਂ ਇਸ ਪਾਸੇ, ਪਰ ਮਿਹਨਤ ਕਰਨੀ ਪਏਗੀ। ਜਿਹੜੇ ਕੈਮੀਕਲ ਲਗਾ ਰਹੇ ਹੋ, ਫੇਸ਼ੀਅਲ ਕਿੱਟ ਲਗਾ ਰਹੇ ਹੋ, ਕੀ ਆ ਜਿਹੜੇ ਰੈਗੂਲਰ ਵਰਤੋਂ ਕਰ ਰਹੀ ਹੈ ਸਾਡੀ ਭੈਣਾਂ ਰੈਗੂਲਰ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਛਾਈਆਂ ਜਲਦੀ ਪੈ ਜਾਂਦੀ ਹੈ। ਓਕੇ, 5-7-10 ਵਾਰੀ ਮੇਕਅਪ ਕਰਾ ਲਓ, ਉਸ ਤੋਂ ਬਾਅਦ ਕੀ ਹੈ, ਉਹਨਾਂ ਨੂੰ ਆਦਤ ਹੋ ਜਾਂਦੀ ਹੈ, ਬਿਨਾਂ ਮੇਕਅਪ ਦੇ ਚਿਹਰੇ ਦੇ ਉੱਤੇ ਝੁਰੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਉਹ ਨਿਖਾਰ ਖਤਮ ਹੋ ਜਾਂਦਾ ਹੈ, ਕਿਉਂਕਿ ਕੈਮੀਕਲ ਲਾ ਕੇ ਤੁਸੀਂ ਹੈਲਪਿੰਗ ਬੈਕਟੀਰੀਆ ਤੇ ਖਤਮ ਕਰਤੇ। ਅੱਗੇ ਕੀ ਹੋਏਗਾ, ਸਕਿਨ ਮੁਰਝਾਣੀ ਸ਼ੁਰੂ ਹੋ ਜਾਏਗੀ, ਕਿਉਂਕਿ ਉੱਥੇ ਉਹਨੂੰ ਨਰਿਸ਼ ਕਰਨ ਵਾਲੇ ਬੈਕਟੀਰੀਆ ਹੀ ਨਹੀਂ ਹੈ। ਓਕੇ, ਥੱਲੋਂ ਬਲੱਡ ਡਿਸਟਰਬ ਹੋ ਜਾਏਗਾ, ਉਹ ਪੋਰਸ ਬੰਦ ਹੋ ਜਾਣਗੇ, ਉਹਨਾਂ ਨੂੰ ਫਿਰ ਹਰ ਵਾਰੀ ਮੇਕਅਪ ਕਰਾਉਣਾ ਪੈਂਦਾ, ਸੋਹਣਾ ਵਿਖਣ ਵਾਸਤੇ ਮੇਕਅਪ ਕਰਾਉਣਾ ਪੈਂਦਾ। ਤੁਸੀਂ ਕੰਮ ਇਹ ਗੱਲ ਹੁਣ ਸਮਝ ਆਈ ਹੈ ਵੀ ਜਿਹੜੀਆਂ ਉਹ ਹੀਰੋ ਹੀਰੋਇਨਾਂ ਕਈ ਵਾਰ ਅਚਾਨਕ ਜਦੋਂ ਫੋਟੋ ਪਾ ਦਿੰਦੀਆਂ ਨੇ ਤੇ ਉਹ ਪਹਿਚਾਣ ਚ ਨਹੀਂ ਆਉਂਦੀਆਂ ਜੀ। ਚਲੋ, ਉਹ ਉਹਨਾਂ ਦਾ ਕੰਮ ਹੈ ਜੀ, ਆਪਾਂ ਉਹਦੇ ਉੱਤੇ ਕਮੈਂਟ ਨਹੀਂ ਕਰਾਂਗੇ, ਪਰ ਸੱਚਾਈ ਜਿਹੜੀ ਹੈ ਉਹ ਮੈਂ ਤੁਹਾਨੂੰ ਦੱਸਤੀ, ਕੈਮੀਕਲ ਤੋਂ ਹਟ ਜਾਓ, ਨੈਚੁਰਲ ਚੀਜ਼ਾਂ ਪਾਸੇ ਆ ਜਾਓ, ਤੁਹਾਡੀ ਹਰ ਡਿਜ਼ੀਜ਼ ਦਾ ਇਲਾਜ ਹੈ। ਈਵਨ ਕਿ ਮੈਂ ਤੁਹਾਨੂੰ ਦੱਸਾਂ, ਪਹਿਲੇ ਟਾਈਮ ਵਿੱਚ ਪ੍ਰੋਬਲਮ ਨਹੀਂ ਹੁੰਦੀ ਸੀ, ਕੋਈ ਪ੍ਰੋਬਲਮ ਨਹੀਂ ਹੁੰਦੀ ਸੀ ਸਕਿਨ ਦੀ, ਤੁਸੀਂ ਦੇਖੋ ਦਾਦ ਖਾਜ ਖੁਜਲੀ ਸੁਰੇ ਸੀ, ਕੁਛ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ ਸੀ ਕਦੀ ਸੋਚਿਆ ਲੋਕਾਂ ਨੇ? ਨਹੀਂ, ਕੱਪੜਾ ਜਿਹੜਾ ਅਸੀਂ ਪਾਉਂਦੇ ਸੀ ਨਾ ਸੁੱਤੀ ਹੁੰਦਾ ਸੀ। ਓਕੇ, ਅੱਜ ਕੱਲ੍ਹ ਜਿਹੜਾ ਪਾ ਰਿਹਾ ਉਹ ਮਿਕਸਿੰਗ ਪਾ ਰਿਹਾ, ਇਹਦੇ ਚੋਂ ਹਵਾ ਹੀ ਨਹੀਂ ਪਾਸ ਹੁੰਦੀ। ਪਹਿਲੇ ਜਿਹੜੇ ਅੰਡਰਗਾਰਮੈਂਟਸ ਪਾਉਂਦੇ ਸੀ ਸੁੱਤੀ ਹੁੰਦੇ ਸੀ, ਪਸੀਨਾ ਆਉਂਦਾ ਸੀ, ਉਹ ਸੋਕ ਲੈਂਦਾ ਸੀ, ਬਨੈਨ ਪਾਉਂਦੇ ਸੀ, ਅੱਜ ਕੱਲ੍ਹ ਵੀ ਭੈਣਾਂ ਮਾਤਾਵਾਂ ਸਾਡੀ ਪਾਉਂਦੀਆਂ ਸ਼ਮੀਜ਼ ਸੁੱਤੀ ਪਾਉਂਦੀਆਂ, ਹਾਂਜੀ, ਉਹ ਟੈਰੀਕੋਟ ਦੇ ਪਾਉਣ ਲੱਗ ਗਏ ਅਸੀਂ, ਮਿਕਸਿੰਗ ਵਾਲੇ ਪਾਉਣ ਲੱਗ, ਉਹ ਪਸੀਨਾ ਨਹੀਂ ਸੋਕਦੀਆਂ। ਜਦੋਂ ਪਸੀਨਾ ਨਹੀਂ ਸੋਕਦੀਆਂ, ਜਿੱਥੇ ਗਿੱਲਾਪਨ ਹੋਏਗਾ ਉਹਨੂੰ ਫੰਗਸ ਲੱਗ ਜਾਏਗੀ। ਇਹ ਤਾਂ ਦਿੱਕਤ ਬੜੀ ਹੈ ਜੀ, ਅੱਜ ਕੱਲ੍ਹ ਹਰੇਕ ਹੀ ਕਹੀ ਜਾਂਦਾ ਜੀ ਸਾਡੇ ਫੰਗਸ ਹੋ ਗਈ, ਦਾਦ ਹੋ ਗਈ, ਖਾਜ ਹੋ ਗਈ, ਖੁਜਲੀ ਸਾਡੇ ਹੋ ਗਈ। ਉਹ ਉਸੇ ਜਗ੍ਹਾ ਤੇ ਹੈ ਜਿਹੜੀ ਜਗ੍ਹਾ ਤੇ ਤੁਸੀਂ ਉਹ ਚੀਜ਼ ਪਾਈ ਹੈ, ਜਿਵੇਂ ਅੰਡਰਵੀਅਰ ਪਾਇਆ ਹੈ ਜੀ, ਅੰਡਰਵੀਅਰ ਦੀ ਇਲਾਸਟਿਕ ਹੈ,
ਕੈਮੀਕਲ ਦੀ ਬਣੀ ਹੋਈ ਹੈ, ਉਹ ਨਾਈਲੋਨ ਦੀ ਤੇ ਹੁੰਦੀ, ਉੱਥੇ ਪਸੀਨਾ ਸੁੱਕਦਾ ਨਹੀਂ, ਪਸੀਨਾ ਪਿਆ ਰਹੇਗਾ, ਉੱਥੇ ਹੀ ਦਾਦ ਖਾਜ ਖੁਜਲੀ ਸ਼ੁਰੂ ਹੋ ਜਾਏਗੀ। ਤੁਸੀਂ ਉੱਥੇ ਖੁਰਕ ਕਰੋਗੇ, ਖਾਰਿਸ਼ ਕਰੋਗੇ, ਉਹੀ ਹੱਥ ਕਿਸੇ ਹੋਰ ਜਗ੍ਹਾ ਤੇ ਲਾਓਗੇ, ਉਹੀ ਹੱਥ ਕਿਸੇ ਜਿੱਥੇ ਜਿੱਥੇ ਲਾਓਗੇ ਉੱਥੇ ਉੱਥੇ ਉਹ ਫੈਲਦੀ ਜਾਏਗੀ। ਜਿੱਥੇ ਜਿੱਥੇ ਆਪਣੀ ਕੱਖ ਹੈ, ਨੀਚੇ ਵਾਲੀ ਜਗ੍ਹਾ ਹੈ, ਇਹ ਜੋੜ ਹੈ, ਇਹ ਜੋੜ ਹੈ, ਗਰਦਨ ਦੇ ਪਿੱਛੇ ਹੈ, ਇੱਥੇ ਪਸੀਨਾ ਰੁਕਦਾ, ਉੱਥੇ ਦਾਦ ਖਾਜ ਖੁਜਲੀ ਹੁੰਦੀ ਹੈ। ਉਹਦਾ ਹੱਲ ਕੀ ਹੈ? ਹੱਲ ਹੈ ਨਿੰਮ ਦੀ ਪੱਤੀ। ਨਿੰਮ ਦੀ ਪੱਤੀ ਦਾ ਪਾਊਡਰ ਬਣਾ ਲਓ, ਧੁੱਪੇ ਸੁਕਾ ਕੇ, ਧੁੱਪੇ ਸੁਕਾ ਲਓ ਨਿੰਮ ਦੀ ਪੱਤੀ ਨੂੰ। ਜਾਂ ਸਭ ਤੋਂ ਵਧੀਆ ਤਰੀਕਾ ਇਹਦਾ ਜਿਹੜਾ ਹੈ, ਨਿੰਮ ਪੂਰੀ ਲੈ ਲਓ, ਤਣਾ ਵੀ ਲੈ ਲਓ, ਇਹ ਵੀ ਲੈ ਲਓ, ਇਹਨੂੰ ਕੁੱਟ ਲਓ, ਚੰਗੀ ਤਰ੍ਹਾਂ ਕੁੱਟ ਲਿਆ, ਕੁੱਟ ਕੇ ਇਹਦਾ ਪਾਣੀ ਵੀ ਨਿਕਲੇਗਾ, ਇਹ ਵੀ ਨਿਕਲੇਗਾ, ਪੱਤੀ ਦਾ ਪੇਸਟ ਬਣ ਗਿਆ। ਇਹਦੇ 'ਚ ਥੋੜ੍ਹੀ ਜਿਹੀ ਹਲਦੀ ਪਾ ਲਓ, ਠੀਕ ਹੈ, ਥੋੜ੍ਹਾ ਜਿਹਾ ਇਹਦੇ 'ਚ ਪੁਦੀਨਾ ਪਾ ਲਓ, ਥੋੜ੍ਹਾ ਜਿਹਾ ਇਹਦੇ 'ਚ ਮੁਲੱਠੀ ਪਾ ਲਓ, ਠੀਕ, ਇਹਨਾਂ ਦਾ ਪਾਊਡਰ, ਉਹ ਇੱਕ ਪੇਸਟ ਚੰਗੀ ਤਰ੍ਹਾਂ ਬਣਾ ਲਓ। ਜਿੱਥੇ ਜਿੱਥੇ ਤੁਹਾਨੂੰ ਲੱਗਦਾ ਖੁਜਲੀ ਹੈ ਉੱਥੇ ਉੱਥੇ ਲਾ ਦਿਓ। ਓਕੇ, ਜੇ ਤੁਹਾਨੂੰ ਲੱਗਦਾ ਯਾਰ ਮੈਂ ਲਾ ਨਹੀਂ ਸਕਦਾ, ਮੇਰੇ ਕੱਪੜੇ ਖਰਾਬ ਹੁੰਦੇ ਆ, ਮੈਨੂੰ ਤੇ ਜੀ ਮਨ ਨਹੀਂ ਕਰਦਾ ਲਾਉਣ ਦਾ, ਫਿਰ ਇਹਦਾ ਦੂਜਾ ਤਰੀਕਾ ਹੈ, ਨਿੰਮ ਦੀ ਪੱਤੀ ਪੂਰੀ ਲੈ ਲਓ, ਤਣਾ ਲੈ ਲਓ, ਛਾਲ ਲੈ ਲਓ, ਸਾਰੀ ਚੀਜ਼ਾਂ ਲੈ ਲਓ, ਨਿੰਮ ਦੀ ਨਿਮੋਲੀ ਵੀ ਲੈ ਲਓ, ਠੀਕ ਹੈ, ਇਹਨੂੰ ਸਾਰੇ ਨੂੰ ਪਾਣੀ 'ਚ ਪਾ ਕੇ ਕੁੱਟ ਕੇ ਪਾਣੀ 'ਚ ਪਾ ਲਓ ਅਤੇ ਉਬਾਲ ਲਓ ਚੰਗੀ ਤਰ੍ਹਾਂ, ਪਾਣੀ ਉਡਾਉਣਾ ਸ਼ੁਰੂ ਕਰ ਦਿਓ, ਸਾਰਾ ਇਹਦਾ ਸੱਤ ਨਾ ਥੱਲੇ ਬਹਿ ਜਾਏਗਾ, ਠੀਕ ਹੈ, ਉਹ ਜਿਹੜਾ ਸੱਤ ਥੱਲੇ ਬਹਿਗਾ ਉਹ ਸੱਤ ਨੂੰ ਚੁੱਕ ਕੇ ਉਹਦੀ ਗੋਲੀ ਬਣਾ ਲਓ। ਕਿਆ ਬਾਤ ਹੈ, ਉਹ ਦੋ ਗੋਲੀ ਸਵੇਰੇ, ਦੋ ਗੋਲੀ ਸ਼ਾਮ ਨੂੰ ਖਾਓ, ਕੋਈ ਸਕਿਨ ਦੀ ਪ੍ਰੋਬਲਮ ਹੈ, ਸੋਰੀਅਸਿਸ, ਐਗਜ਼ੀਮਾ, ਦਾਦ ਖਾਜ, ਉਹ ਕਦੋਂ ਹੋਈ ਸੀ ਤੁਸੀਂ ਇਹ ਸੋਚੋਗੇ ਯਾਰ ਮੈਨੂੰ ਹੁੰਦੀ ਸੀ, ਕੋਈ ਤੁਹਾਨੂੰ ਕਹੇਗਾ ਨਾ ਮੈਨੂੰ ਖੁਜਲੀ ਆ, ਉਹ ਕਹਿੰਦਾ ਯਾਰ ਮੈਨੂੰ ਵੀ ਹੋਈ ਸੀ, ਦਸ ਦਸ ਪੰਦਰਾਂ ਪੰਦਰਾਂ ਸਾਲ ਪੁਰਾਣੀ ਖੁਜਲੀ ਖਤਮ। ਕਿਆ ਬਾਤ ਹੈ। ਅੱਛਾ ਡਾਕਟਰ ਸਾਹਿਬ, ਜਿਹੜੀ ਅੱਜ ਪਪੜੀ ਬਣ ਜਾਂਦੀ ਜੀ ਸਿਰ ਦੇ ਉੱਤੇ, ਉਹ ਮਤਲਬ ਤੁਸੀਂ ਵਾਲ ਤੁਸੀਂ ਕੰਘਾ ਫੇਰੋ, ਤੁਹਾਡੇ ਨਾਲ ਗੁੱਛੇ ਦੇ ਗੁੱਛੇ ਵਾਲਾਂ ਦੇ ਆ ਜਾਂਦੇ ਨੇ ਤੇ ਉਹ ਸਫੈਦ ਸਫੈਦ, ਅਗਰ ਕਿਸੇ ਨੇ ਕਾਲੀ ਸ਼ਰਟ ਪਾਈ ਹੋਵੇ ਤੇ ਪਤਾ ਲੱਗਦਾ ਵੀ ਇਹ ਕੀ ਨਿਕਲ ਰਿਹਾ ਜੀ, ਉਹ ਉਹਦਾ ਕੀ ਕਾਰਨ ਹੁੰਦਾ ਜੀ? ਦੇਖੋ ਦੋ ਚੀਜ਼ਾਂ ਹੈ, ਜਾਂ ਤੇ ਉਹ ਸਿਕਰੀ ਹੋ ਸਕਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਡੈਂਡਰਫ, ਸਿਕਰੀ ਹੈ ਡੈਂਡਰਫ, ਠੀਕ ਹੈ, ਜਾਂ ਸੋਰੀਐਸਿਸ ਹੋ ਸਕਦਾ ਹੈ, ਸੋਰੈਟਿਕ ਡਰਮੇਟਾਈਟਿਸ ਕਹਿੰਦੇ ਆ। ਓਕੇ, ਠੀਕ ਹੈ, ਉਹ ਹੋ ਗਿਆ। ਉਹਦੇ 'ਚ ਕੀ ਹੈ, ਤੁਸੀਂ ਉਹਨੂੰ ਖੁਰਚਦੇ, ਉਹ ਪਪੜੀ ਜੀ ਉਤਰਦੀ ਹੈ, ਉਹ ਸਕਿਨ 'ਤੇ ਵੀ ਹੋ ਸਕਦੀ ਹੈ, ਪਪੜੀ ਜੀ ਉਤਰਦੀ ਹੈ, ਉਹਦੇ 'ਚ ਖੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਜ਼ਿਆਦਾ ਖੂਨ ਕਰ ਕਰਕੇ। ਉਹਦਾ ਇਲਾਜ ਕੀ ਹੈ ਜੀ? ਤੇ ਜਿਹੜਾ ਮੈਂ ਨਿੰਮ ਦੱਸਿਆ ਹੈ ਇਲਾਜ, ਠੀਕ ਹੈ, ਫਿਰ ਅਲੱਗ ਅਲੱਗ ਐਸੀ ਆਯੁਰਵੈਦਿਕ ਦਵਾਈਆਂ ਵੀ ਆਉਂਦੀਆਂ, ਜਿਵੇਂ ਖਦੀਰ ਆਉਂਦਾ ਹੈ, ਖਦੀਰ ਦਾ ਇੱਕ ਪੌਦਾ ਹੁੰਦਾ ਹੈ, ਉਹਦੀ ਛਾਲ ਦੇ ਨਾਲ ਬਣਦਾ ਹੈ, ਖਦੀਰਾ ਰਿਸ਼ਟ ਬਣਦਾ ਹੈ, ਇਹ ਲੈ ਸਕਦੇ ਹੋ। ਇੱਕ ਮੰਜਿਸ਼ਟ ਪੌਦਾ ਹੁੰਦਾ ਹੈ, ਠੀਕ ਹੈ, ਮੰਜਿਸ਼ਟ ਦਾ ਵੀ ਕਾੜਾ ਬਣਦਾ ਹੈ, ਉਹ ਲੈ ਸਕਦੇ ਹੋ। ਨਿੰਮ ਦੀ ਗੋਲੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਬਣਾਉਣੀ ਹੈ। ਤ੍ਰਿਫਲਾ, ਹਰੜ, ਬੇੜਾ, ਆਂਵਲਾ, ਤ੍ਰਿਫਲੇ ਦਾ ਪਾਊਡਰ ਲਓ, ਉਹਦੀ ਪੇਸਟ ਬਣਾ ਲਓ, ਠੀਕ ਹੈ, ਉਹਨੂੰ ਸਿਰ ਦੇ ਉੱਤੇ ਲਾ ਲਓ, 15 ਮਿੰਟ ਬਾਅਦ ਪਾਣੀ ਨਾਲ ਧੋ ਲਓ, ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ। ਪਰ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਸਾਬਣ ਹੈਗੀਆਂ ਨੇ, ਸ਼ੈਂਪੂ ਹੈਗੇ ਨੇ, ਫੇਸ਼ੀਅਲ ਹੈਗੇ ਨੇ, ਕੰਡੀਸ਼ਨਰ ਹੈਗੇ ਨੇ, ਸਾਡੇ ਵਾਸਤੇ ਜਿਹੜੇ ਕੈਮੀਕਲ ਭਰਪੂਰ ਨੇ, ਉਹ ਜ਼ਹਿਰ ਨੇ। ਪਰ ਬਹੁਤ ਸਾਰੇ ਥਾਵਾਂ 'ਤੇ ਹੁੰਦੇ ਜੀ ਬਈ, ਕਈ ਵਾਰ ਹੁੰਦੇ ਕਿ ਅਸੀਂ, ਤੁਸੀਂ ਤੇ ਸਕਿਨ ਦੀ ਗੱਲ ਕਰਦੇ ਹੋ ਵੀ, ਅਸੀਂ ਖਾਣਾ ਵੀ, ਬ੍ਰੇਕਫਾਸਟ ਵੀ ਆਪਣਾ ਦਫ਼ਤਰ ਦੇ ਵਿੱਚ ਜਾ ਕੇ ਖਾਂਦੇ ਹਾਂ, ਸਾਡੇ ਕੋਲ ਸਮਾਂ ਨਹੀਂ ਹੈ, ਅਤੇ ਫਿਰ ਸਾਨੂੰ ਸਬਸਟੀਟਿਊਟ ਤਾਂ ਦੇਣਾ ਪਊ। ਤੁਸੀਂ ਸਬਸਟੀਟਿਊਟ ਤਿਆਰ ਕੀਤਾ ਕੋਈ? ਨਹੀਂ, ਸਬਸਟੀਟਿਊਟ ਹਰ ਚੀਜ਼ ਦਾ ਹੈਗਾ, ਆਯੁਰਵੈਦਿਕ 'ਚ ਹਰ ਚੀਜ਼ ਦਾ ਹੈਗਾ। ਜਿਵੇਂ ਤੁਸੀਂ ਸ਼ੈਂਪੂ ਵਰਤੋਂ ਕਰਨਾ ਹੈ, ਸ਼ੈਂਪੂ ਉਹ ਯੂਜ਼ ਕਰੋ ਜਿਹਦੇ 'ਚ ਕੈਮੀਕਲ ਨਹੀਂ ਹੈ ਜੀ। ਬਾਹਰ ਵਾਲਿਆਂ ਨੂੰ ਇਹ ਗੱਲ ਸਮਝ ਆ ਗਈ ਕਿ ਨੈਚੁਰਲ ਚੀਜ਼ ਨੈਚੁਰਲ ਹੈ। ਇਹ 16 ਜੜੀ ਬੂਟੀਆਂ ਦੇ ਨਾਲ ਸ਼ੈਂਪੂ ਬਣਿਆ। ਸ਼ੈਂਪੂ ਜੜੀ ਬੂਟੀਆਂ ਵਾਲਾ ਵੀ ਹੁੰਦਾ? ਜੜੀ ਬੂਟੀਆਂ ਦੇ ਨਾਲ ਬਣਿਆ ਹੁੰਦਾ, ਇਹਦੇ 'ਚ ਕੈਮੀਕਲ ਨਹੀਂ ਹੈ। ਇਸ ਸ਼ੈਂਪੂ ਨਾਲ ਝੱਗ ਨਹੀਂ ਬਣਦੀ। ਲੋਕਾਂ ਨੂੰ ਆਦਤ ਪਤਾ ਕੀ ਹੈ, ਵੱਧ ਝੱਗ ਬਣਨੀ ਚਾਹੀਦੀ ਹੈ, ਪਰ ਜਿਹੜੀ ਜੜੀ ਬੂਟੀਆਂ ਪਾਓਗੇ, ਨੈਚੁਰਲ ਚੀਜ਼ ਪਾਓਗੇ, ਉਹਦੇ ਨਾਲ ਝੱਗ ਨਹੀਂ ਬਣਦੀ। ਓਕੇ, ਤੀਜੇ ਦਿਨ ਤੋਂ ਵਾਲ ਝੜਨੇ ਬੰਦ ਹੋ ਜਾਂਦੇ ਆ। ਅੱਛਾ, ਵਾਲ ਜਿਹੜੇ ਸਫੇਦ ਹੋ ਰਹੇ ਆ ਉਹ
ਰੁਕ ਜਾਂਦੇ ਆ, ਵਾਲਾਂ ਨੂੰ ਨਰਿਸ਼ ਕਰਦਾ, ਵਾਲ ਪਤਲੇ ਹੈ, ਰੂਸੀ ਹੈ, ਹਾਂਜੀ ਉਹਨਾਂ ਨੂੰ ਨਰਿਸ਼ ਕਰਦਾ, ਉਹਨੂੰ ਠੀਕ ਕਰਦਾ। 16 ਜੜੀ ਬੂਟੀਆਂ ਪਾਈਆਂ ਹੋਈਆਂ ਇਹਦੇ ਚ, ਚੰਦਨ ਇਹਦੇ ਚ ਹੈ, ਠੀਕ ਹੈ, ਦਰਾਕਸ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿਸ਼ਮਿਸ਼, ਠੀਕ ਹੈ, ਵੱਡੇ ਵਾਲੀ ਕਿਸ਼ਮਿਸ਼, ਹਾਂਜੀ ਹਾਂਜੀ, ਉਹ ਇਹਦੇ ਚ ਹੈ, ਜਟਾ ਮਾਸੀ ਇਹਦੇ ਚ ਹੈ, ਜਿਹੜੀ ਆਪਾਂ ਖਾਂਦੇ ਹਾਂ ਦਿਮਾਗ ਨੂੰ ਵਧਾਉਣ ਵਾਸਤੇ, ਬ੍ਰਹਮੀ ਜਟਾ ਮਾਸੀ ਸਰਪਗੰਧਾ ਇਹ ਚੀਜ਼ਾਂ ਖਾਂਦੇ ਹਾਂ, ਜਟਾ ਮਾਸੀ ਇਹਦੇ ਚ ਹੈ, ਦਿਮਾਗ ਨੂੰ ਨਰਿਸ਼ ਕਰਦਾ। ਪਿਆਜ ਇਹਦੇ ਚ ਹੈ, ਜਿਹੜਾ ਆਪਾਂ ਕਹਿੰਦੇ ਨਾ ਵੀ ਪਿਆਜ ਦੇ ਬੀਜਾਂ ਦਾ ਤੇਲ ਲਾਓ ਵਾਲ, ਉਹੀ ਪਾਤਾ ਇਹਦੇ ਚ। ਐਵੇਂ ਅਸੀਂ 16 ਜੜੀ ਬੂਟੀਆਂ ਪਾ ਕੇ ਸ਼ੈਂਪੂ ਬਣਾਇਆ। ਮਤਲਬ ਤੁਸੀਂ ਕਹਿ ਰਹੇ ਹੋ 72 ਘੰਟਿਆਂ ਦੇ ਵਿੱਚ ਇਸ ਚੀਜ਼ ਦਾ ਰਿਜ਼ਲਟ ਨਿਕਲਦਾ ਔਰ ਵਾਲ ਝੜਨੇ ਬੰਦ ਹੋਣੇ ਸ਼ੁਰੂ ਹੋ ਜਾਂਦੇ। ਬਿਲਕੁਲ ਠੀਕ ਕਹਿ ਰਹੇ ਹੋ। ਓਕੇ, ਇਹ ਸੱਚ ਹੈ ਜਿਹੜੀ ਗੱਲ ਤੁਸੀਂ ਕਹੀ ਹੈ। ਐਵੇਂ ਹੀ ਲੋਕਾਂ ਨੂੰ ਸ਼ੌਂਕ ਹੈ ਕੰਡੀਸ਼ਨਰ ਹੋਣਾ ਚਾਹੀਦਾ, ਉਸ ਤੋਂ ਬਾਅਦ ਚਮਕ ਹੋਣੀ ਚਾਹੀਦੀ ਹੈ, ਚਮਕ ਦਾ ਵੀ ਹੱਲ ਕੀਤਾ ਫਿਰ ਆਯੁਰਵੇਦ ਚੋਂ ਕੱਢ ਕੇ। ਇਹੀ ਜੜੀ ਬੂਟੀਆਂ, 16 ਜੜੀ ਬੂਟੀਆਂ ਨੂੰ ਯੂਜ਼ ਕਰਕੇ ਉਹ ਚੀਜ਼ ਬਣਾਈ। ਨਿੰਬੂ ਪਾਇਆ ਇਹਦੇ ਚ, ਇਹਦੇ ਚ ਸੋਵਾ ਪਾਇਆ, ਇਹਦੇ ਚ ਮੂੰਗਫਲੀ ਦੇ ਬੀਜ ਹੈ ਜਿਹੜੇ, ਹਾਂਜੀ ਮੂੰਗਫਲੀ ਹੁੰਦੀ ਜਾਂਦੀ, ਉਹਦਾ ਤੇਲ ਪਾਇਆ ਜਿਹਦੇ ਨਾਲ ਨੈਚੁਰਲ ਸ਼ਾਈਨਿੰਗ ਆਵੇ। ਬਦਾਮ ਪਾਇਆ, ਐਲਮੰਡ, ਸ਼ਾਈਨਿੰਗ ਨੈਚੁਰਲ ਚਾਹੀਦੀ ਹੈ ਤੁਹਾਨੂੰ, ਕੈਮੀਕਲ ਬੇਸ ਸ਼ਾਈਨਿੰਗ ਨਹੀਂ ਚਾਹੀਦੀ, ਝੱਗ ਫਿਰ ਨਹੀਂ ਬਣਦੀ। ਕੰਡੀਸ਼ਨਰ ਲਾ ਲਓ ਇਹਦੇ ਨਾਲ, ਨਾਲੇ ਦੀ ਨਾਲੇ ਰਿਜ਼ਲਟ। ਤੁਸੀਂ ਕਹਿੰਦੇ ਹੋ ਜੀ ਕੋਈ ਐਸੀ ਚੀਜ਼ ਹੈ ਮੂੰਹ ਧੋਣ ਵਾਸਤੇ ਜੀ, ਘੱਟਾ ਮਿੱਟੀ ਪੈ ਗਈ, ਤਾਂ ਕੀ ਹੱਲ ਹੈ? 16 ਹੀ ਜੜੀ ਬੂਟੀਆਂ ਦੇ ਨਾਲ ਇਹ ਬਣਾਇਆ। ਰੋਜ਼ਮੈਰੀ ਇਹਦੇ ਚ ਪਾਇਆ, ਕੇਸਰ ਪਾਇਆ ਹੈ, ਓਕੇ, ਕੇਸਰ ਦੇ ਨਾਲ ਹੈ। ਕੇਸਰ ਜਦੋਂ ਸਰੀਰ ਦੇ ਉੱਤੇ ਲੱਗਦਾ ਹੈ ਉਹ ਜਦੋਂ ਹੀ ਸਾਫ਼ ਕਰ ਦਿੰਦਾ ਹੈ। ਮਤਲਬ ਇਹਦੇ ਵਿੱਚ ਇਹ ਤਾਂ ਨਹੀਂ ਹੈਗੇ ਜਿਹੜੇ ਨੁਸਖੇ ਫਾਰਮੂਲੇ ਤੁਸੀਂ ਬਣਾਏ ਹੋਏ ਨੇ ਕਿ ਜਿਵੇਂ ਸਾਬਣਾਂ ਦੇ ਵਿੱਚ, ਸ਼ੈਂਪੂਆਂ ਦੇ ਵਿੱਚ ਉਹ ਚੀਜ਼ ਹੁੰਦੀ ਹੈ? ਨਾ 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 ਨਾ, ਉਹ ਕੋਈ ਚੀਜ਼, ਕੋਈ ਕੈਮੀਕਲ ਨਹੀਂ ਹੈ, ਬਿਲਕੁਲ ਆਯੁਰਵੈਦਿਕ ਚੀਜ਼ ਹੈ, ਓਕੇ, ਨੈਚੁਰਲ ਚੀਜ਼ਾਂ ਨਾਲ ਬਣਿਆ ਹੋਇਆ। ਨਹੀਂ ਫਿਰ ਤੁਸੀਂ ਇੱਥੇ ਕਿਉਂ ਨਹੀਂ ਲੋਕਾਂ ਨੂੰ ਦਿੰਦੇ? ਸਮਝ ਨਹੀਂ ਆਉਂਦੀ ਨਾ ਲੋਕਾਂ ਨੂੰ, ਲੋਕ ਕਹਿੰਦੇ ਝੱਗ ਨਹੀਂ ਬਣਦੀ ਜੀ, ਉਹਦਾ ਜਵਾਬ ਹੈ ਵੀ ਝੱਗ ਕਿਹਨੂੰ ਕਿਹਨੂੰ ਸਮਝਾਓਗੇ ਤੁਸੀਂ? ਮੇਰੀ ਗੱਲ ਸਮਝ ਗਏ? ਪਹਿਲੇ ਅੰਗਰੇਜ਼ਾਂ ਨੂੰ ਸਮਝ ਆਉਂਦੀ ਜੀ ਇਸ ਚੀਜ਼, ਆਉਂਦੀ ਹੈ, ਉਹਦੇ ਵਰਤਣ ਹੀ ਆਉਣ ਲੱਗ ਗਏ ਹੁਣ। ਹੁਣ ਹੌਲੀ ਹੌਲੀ ਐਡ ਵੀ ਇਹ ਚੱਲਣ ਲੱਗ ਗਈ ਬਈ ਇਹਦੇ ਚ ਪੈਰਾਫਿਨ ਨਹੀਂ ਹੈ, ਇਹਦੇ ਸਲਫੇਟ ਨਹੀਂ ਹੈ, ਇਹ ਚੀਜ਼ਾਂ ਤਾਂ ਝੱਗ ਬਣਾਉਂਦੀਆਂ। ਉਹ ਹੁਣ ਕਹਿਣ ਲੱਗ ਗਏ ਇਹ ਨੈਚੁਰਲ ਹੈ 100%, ਓਕੇ, ਹਰ 100% ਆਯੁਰਵੈਦਿਕ ਚੀਜ਼ਾਂ ਦੇ ਨਾਲ ਬਣਿਆ। ਕ੍ਰਿਤ ਕੁਮਾਰੀ ਇਹਦੇ ਚ ਹੈ, ਹਰਾ ਸੇਬ ਹੈ ਜੀ, ਹਰੇ ਸੇਬ ਨੂੰ ਇਹਦੇ ਚ ਪਾਇਆ ਹੋਇਆ, ਕਿਆ ਬਾਤ, ਮੂੰਹ ਸਾਫ਼ ਕਰਨ ਵਾਸਤੇ, ਕਿਆ ਬਾਤ ਹੈ। ਉਹ ਚੀਜ਼ਾਂ ਜਿਹੜੀ ਵਰਤੋਂ ਕਰਕੇ ਹੁੰਦੀ ਹੈ। ਹੁਣ ਅਸੀਂ ਕਹਿੰਦੇ ਹਾਂ ਚਿਹਰੇ 'ਤੇ ਨਿਖਾਰ ਚਾਹੀਦਾ ਆਪਾਂ ਨੂੰ, ਐਨ ਚਿਹਰਾ ਖਿਲਿਆ ਹੋਣਾ ਚਾਹੀਦਾ। ਕੁਮਕੁਮ ਆਦਿ ਤੇਲ ਬਣਾ ਤਾ ਲਓ। ਕਿਹੜਾ ਜੀ? ਕੁਮਕੁਮ ਤੇਲ, ਕੇਸਰ ਦਾ ਤੇਲ ਹੈ। ਕੁਮਕੁਮ ਤੇਲ, ਇਹ ਦੇਖੋ ਜੀ, ਮੈਂ ਇਹਨੂੰ ਨਾ ਹਿਲਾ ਲੈਣਾ, ਮਰ ਜਾ। ਇਹ ਕੇਸਰ ਦਾ ਤੇਲ ਹੈ, ਆਨਲਾਈਨ ਤੁਸੀਂ ਦੇਖੋ ਇਹ ਨਾ ਬਹੁਤ ਮਹਿੰਗਾ ਆਉਂਦਾ, ਪਰ ਜਦੋਂ ਆਪਾਂ ਬਣਾਉਂਦੇ ਹਾਂ, ਠੀਕ ਹੈ, ਆਪਣੇ ਭਰਾਵਾਂ ਭੈਣਾਂ ਵਾਸਤੇ ਬਣ ਰਿਹਾ, ਇਹ ਐਵੇਂ ਇਹਨੂੰ ਕਰ ਲਿਆ, ਠੀਕ ਹੈ। ਇਹਦੇ ਜਿਹੜਾ ਤੁਹਾਨੂੰ ਦਿਖ ਰਿਹਾ ਨਾ ਕੇਸਰ ਹੈ, ਕਿਆ ਬਾਤ ਹੈ, ਬਿਲਕੁਲ, ਕਰੋ ਹੱਥ ਅੱਗੇ ਜੀ, ਐਵੇਂ ਨਹੀਂ, ਐਵੇਂ ਕਰੋ, ਇੱਥੇ ਰੌਣਕ ਪਤਾ ਲੱਗੇਗੀ। ਇਹ ਦੇਖੋ ਇੱਕ ਬੂੰਦ ਪਾਈ ਹੈ ਮੈਂ, ਦੂਜੀ ਬੂੰਦ ਤੇ ਨਹੀਂ ਪਾਈ, ਠੀਕ ਹੈ ਜੀ। ਇਹ ਜਿੰਨਾ ਤੁਹਾਨੂੰ ਅੰਦਰ ਦਿਖ ਰਿਹਾ ਸਭ ਕੇਸਰ ਹੈ, ਕਿਆ ਬਾਤ, ਐ ਮੈਂ ਇਹਨੂੰ ਰਗੜਤਾ, ਕੇਸਰ ਦਿਖ ਰਿਹਾ ਵਿੱਚ ਜੀ, ਦਿਖ ਰਿਹਾ, ਇਹ ਐ ਮੈਂ ਰਗੜਤਾ ਚੰਗੀ ਤਰ੍ਹਾਂ, ਇਹ ਕੇਸਰ ਅੰਦਰ ਚਲਾ ਗਿਆ, ਇਹ ਐ ਰਗੜਿਆ, ਇਹ ਅੰਦਰ ਸਕਿਨ ਲੈ ਜਾਏਗੀ, ਠੀਕ ਹੈ। ਇਹ ਜਿਹੜਾ ਮਾਈਕ ਰੱਖ ਦੋ ਹੁਣ ਅੱਗੇ ਮੇਰੇ ਜੀ, ਇਹ ਅੱਗੇ ਰੱਖ ਲਓ ਮਾਈਕ ਨੂੰ ਜੀ, ਬਸ ਇਹ ਕੇਸਰ ਲੱਗ ਗਿਆ। ਹੁਣ ਤੁਹਾਡਾ ਦੂਜਾ ਹੱਥ ਕਰੋ, ਲਓ ਵੇਖੋ ਫਰਕ ਲਾਈਵ, ਸਮਝੇ ਨਹੀਂ, ਪਿਓਰ ਕੇਸਰ ਹੈ ਜਿਹੜਾ, ਫ੍ਰੈਗਨੈਂਸ, ਸਮਝੇ ਨਹੀਂ, ਹੁਣ ਇਹ ਅਸਲੀ ਚੀਜ਼ ਹੈ। ਜੇ ਰਾਤ ਨੂੰ ਲਾਇਆ ਅਸੀਂ ਦਵਾਈ ਵਾਲਾ ਪਰਫਿਊਮ ਫੇਲ ਕਰਤਾ ਜੀ ਇਹਦੇ ਨਾਲ, ਜੇ ਰਾਤ ਨੂੰ ਲਾਇਆ ਹੋਵੇ ਜੀ ਤੇ ਸਵੇਰੇ ਆਰਾਮ ਨਾਲ ਇਹਦੇ ਨਾਲ ਮੂੰਹ ਧੋਤਾ ਹੋਵੇ,
ਐਨ ਸਾਰਾ ਦਿਨ ਚਿਹਰਾ ਐਨ ਖਿਲ ਕੇ ਰਹੇਗਾ, ਤੁਹਾਨੂੰ ਕੋਈ ਕਰੀਮ ਲਾਉਣ ਦੀ ਲੋੜ ਨਹੀਂ, ਕੁਛ ਨਹੀਂ। ਇਹ ਤਾਂ ਇੰਸਟੈਂਟ ਬੜਾ ਫਰਕ ਲੱਗ ਰਿਹਾ ਜੀ, ਇੰਸਟੈਂਟ ਹੀ ਫਰਕ ਲੱਗ ਰਿਹਾ, ਇੰਸਟੈਂਟ ਹੀ। ਇਹ ਦੇਖੋ, ਲਓ ਮੈਨੂੰ ਫੜਾਓ ਜੀ, ਇਹ ਦੇਖੋ ਕੈਮਰਾ ਕਰੋ ਜੀ ਅੱਗੇ ਮਾੜਾ ਜਿਹਾ। ਕੀ ਬਾਤ ਹੈ, ਚਮਕ ਦਾ ਵੀ ਫਰਕ ਹੈ ਜੀ। ਕੇਸਰ ਹੈ ਨਾ, ਕੇਸਰ ਨੇ ਆਪਣਾ ਰੰਗ ਦਿਖਾਉਣਾ, ਕੇਸਰ ਹੈ, ਬੱਕਰੀ ਦਾ ਦੁੱਧ ਹੈ, 18 ਜੜੀ ਬੂਟੀਆਂ ਹੋਰ ਹੈ, ਭਾਵਨਾ ਦਿੱਤੀ ਗਈ ਚ ਆਯੁਰਵੇਦ ਚ ਲਿਖਿਆ ਹੋਇਆ, ਉਹ ਉਹੀ ਚੀਜ਼ ਤਿਆਰ ਕੀਤੀ ਗਈ ਹੈ ਜਿਹੜੀ ਹੈਗੀ। ਫਿਰ ਲੋਕੀ ਕਹਿ ਦਿੰਦੇ ਮੇਰੇ ਛਾਈਆਂ ਪੈ ਗਈਆਂ ਮੂੰਹ ਦੇ ਉੱਤੇ, ਜੀ ਜੀ ਜੀ, ਸਾਡੀ ਭੈਣਾਂ ਕਹਿ ਦਿੰਦੀਆਂ, ਮਾਵਾਂ ਕਹਿ ਦਿੰਦੀਆਂ ਵੀ ਇੱਥੇ ਯਾਰ ਕਾਲਾ ਪੰਨ ਆ ਗਿਆ, ਛਾਈਆਂ ਪੈ ਗਈਆਂ, ਇਹਦਾ ਕੀ ਹੱਲ ਹੈ ਜੀ? ਕਰੀਮ ਹੈ। 15 ਦਿਨ ਕਰੀਮ ਲਾਉਣ ਤੋਂ ਬਾਅਦ ਜੀ ਝਾਈਆਂ ਖਤਮ ਹੋ ਜਾਂਦੀਆਂ। 15 ਦਿਨ ਵਿੱਚ ਇਹ ਕਰੀਮ ਹੈ, ਆਯੁਰਵੈਦਿਕ ਹੈ, ਆਯੁਰਵੈਦਿਕ ਹੈ, 18 ਜੜੀ ਬੂਟੀਆਂ ਨਾਲ ਲੱਗੀ ਹੈ, ਇਹ ਕਰੀਮ ਹੈ। ਖੁਸ਼ਬੂ ਲੱਗ, ਗੋਰਿਆਂ ਨੂੰ ਸੋਹਣੀ ਕਰਨ ਵਾਲੀ, ਇਹ ਨੂਰ ਵਧਾਉਣ ਵਾਲੀ ਹੈ, ਰੰਗ ਗੋਰਾ ਕਰਨ ਵਾਲੀ ਨਹੀਂ ਹੈ। ਓਕੇ, ਇਹ ਜਿਹੜੀ ਤੁਹਾਡੀ ਛਾਈਆਂ ਹੈ ਨਾ, ਇਹਨੂੰ ਕੋਈ ਨਿਸ਼ਾਨ ਹੈ ਫੇਸ ਦੇ ਉੱਤੇ, ਇਹ ਰੈਗੂਲਰ ਕਰੀਮ ਲਾਉਣਾ ਸ਼ੁਰੂ ਕਰੋ। ਓਕੇ, ਇਹ ਜਦੋਂ ਹੀ ਸਾਫ਼ ਕਰ, ਇਹਦੇ 'ਚ ਪਾਇਆ ਕੀ ਹੈ, ਮੇਨ ਕੀ ਚੀਜ਼ ਹੈ ਜੀ, ਇਹਦੇ 'ਚ ਮੇਨ ਹੈ ਮੁਲੱਠੀ ਦਾ ਸੱਤ, ਜਿਹੜੀ ਆਪਣੀ ਮੁਲੱਠੀ ਨਹੀਂ ਹੁੰਦੀ ਜੀ ਜੀ ਜੀ, ਮੁਲੱਠੀ ਦਾ ਸੱਤ ਹੈ ਜੀ। ਕੋਈ ਕਹਿੰਦਾ ਜੀ ਮੈਂ ਕਰੀਮ ਨਹੀਂ ਵਰਤੋਂ ਕਰ ਸਕਦਾ ਯਾਰ, ਮੈਂ ਨਹੀਂ ਲਾਉਣੀ ਕਰੀਮ, ਕਰਦਾ ਕੀ ਨੁਸਖਾ, ਉਹ ਮੁਲੱਠੀ ਦਾ ਸੱਤ ਕੱਢ ਲਓ ਬਈ, ਮੁਲੱਠੀ ਦਾ ਸੱਤ ਲਾਉਣ ਲੱਗ ਜਾਓ, ਕੰਮ ਹੋ ਜਾਏਗਾ, ਕਰੀਮ ਦੀ ਵੀ ਲੋੜ ਨਹੀਂ। ਜੇ ਬਈ ਕੰਮ ਦਾ ਬੋਝ ਇੰਨਾ ਹੈ ਕਰੀਮ ਲਾਉਣੀ ਹੈ, ਕਰੀਮ ਲਾ ਸਕਦੇ ਹੋ। ਐਵੇਂ ਹੀ ਫੇਸ ਓਇਲ ਹੈ ਜਿਹੜਾ ਲਾ ਸਕਦੇ, ਫੇਸ ਓਇਲ, ਓਇਲ, ਫੇਸ ਓਇਲ, ਫੇਸ ਓਇਲ ਕੀ ਹੋਇਆ, ਅਸੀਂ ਹੇਅਰ ਓਇਲ ਤਾਂ ਸੁਣਿਆ ਜੀ। ਦੇਖੋ ਤੇਲ ਹੈ, ਕਿਹੜੀ ਕਿਹੜੀ ਚੀਜ਼ ਆਪਣੀ ਸਕਿਨ ਨੂੰ ਚਾਹੀਦੀ ਹੁੰਦੀ ਹੈ, ਫੇਸ ਨੂੰ ਬੜੀ ਸੌਫਟ ਸਕਿਨ ਹੁੰਦੀ ਹੈ, ਇਹਨੂੰ ਕੀ ਚਾਹੀਦਾ ਹੈ, ਟਮਾਟਰ ਦੇ ਬੀਜ ਦਾ ਤੇਲ ਕੱਢਿਆ ਹੋਇਆ। ਕੀ ਬਾਤ ਹੈ, ਟਮਾਟਰ ਦਾ ਬੀਜ ਹੈ, ਉਹਦਾ ਤੇਲ ਪਾਇਆ ਇਹਦੇ 'ਚ, ਸੇਬ ਦੇ ਬੀਜ ਦਾ ਤੇਲ ਇਹਦੇ 'ਚ ਪਾਇਆ ਹੈ। ਅੱਛਾ, ਹਾਂ, ਤਰਬੂਜ ਦੇ ਬੀਜ ਦਾ ਤੇਲ ਹੈ, ਖਰਬੂਜੇ ਦੇ ਬੀਜ ਦਾ ਤੇਲ ਹੈ, ਕੀ ਬਾਤ ਹੈ, ਬਦਾਮ ਦਾ ਤੇਲ ਹੈ, ਵੀਟ ਜਿਹੜੀ ਆਪਣੀ ਕਣਕ ਹੈ, ਕਣਕ ਥੋੜੀ ਜਿਹੀ ਉੱਗ ਗਈ, ਉਸ ਤੋਂ ਬਾਅਦ ਉੱਗਣ ਤੋਂ ਬਾਅਦ ਜਿਹੜਾ ਰਹਿ ਜਾਂਦਾ ਥੋੜਾ ਜਿਹਾ, ਉਸੇ ਟਾਈਮ ਉਹਨੂੰ ਚੁੱਕ ਲਿਆ, ਉਹਦਾ ਬੀਜ ਦਾ ਤੇਲ ਕੱਢ ਕੇ ਇਹਦੇ 'ਚ ਪਾਇਆ ਹੋਇਆ। ਓਕੇ, ਇਹ ਸਾਰੇ 14 ਤੇਲ ਪਾਏ ਆ, ਨਾਲੇ ਰੈਟੀਨੋਲ ਹੈ। ਓਕੇ, ਉਹ ਪਾ ਕੇ ਨਿਖਾਰ ਵੀ ਆਉਂਦਾ, ਤੇ ਉਹ ਇਹਨੂੰ ਲਾ ਲਓ ਚਿਹਰੇ ਦੇ ਤੇਲ ਨੂੰ, ਕੋਈ ਤੁਹਾਨੂੰ SPF 50 ਸਨਸਕ੍ਰੀਮ ਲੋਸ਼ਨ ਇਹ ਉਹ ਕੁਛ ਨਹੀਂ ਲਾਉਣ ਦੀ ਲੋੜ, ਨੈਚੁਰਲ ਚੀਜ਼ ਹੈ, ਸਕਿਨ ਦੇ ਉੱਤੇ ਐਸਾ ਨਿਖਾਰ ਲਿਆਏਗੀ, ਤੁਹਾਡੀ ਸਕਿਨ ਨੈਚੁਰਲ ਗਲੋ ਕਰਨ ਲੱਗ ਜਾਏਗੀ। ਕੀ ਬਾਤ ਹੈ, ਅੱਛਾ, ਤੇ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਜਿਹੜਾ ਮੇਰੇ ਮਨ ਦੇ ਵਿੱਚ ਇਸ ਵੇਲੇ ਆ ਰਿਹਾ, ਜਦੋਂ ਸਰਦੀਆਂ ਹੁੰਦੀਆਂ ਨੇ, ਸਰਦੀਆਂ 'ਚ ਸਾਡਾ ਇਸ਼ੂ ਹੈ ਕਿ ਸਾਡੀ ਸਕਿਨ ਨਾ ਬੜੀ ਡੱਲ ਹੋ ਜਾਂਦੀ ਹੈ, ਮਤਲਬ ਹੱਥ ਲਾਓ ਤੇ ਐਂ ਲੱਗਦਾ ਜਿਵੇਂ ਰੇਗ ਮਾਰ ਹੁੰਦਾ, ਸਕਿਨ ਦਾ ਰੇਗ ਮਾਰ ਬਣ ਜਾਂਦਾ, ਤੇ ਉਹਦੇ 'ਤੇ ਕੰਮ ਕਰੇਗੀ? ਕੰਮ ਕਰੇ, ਐਲੋਵੀਰਾ, ਇਹਦੇ 'ਚ ਐਲੋਵੀਰਾ ਪਾਇਆ, ਜਿੰਨੇ ਇਹਦੇ 'ਚ ਓਇਲ ਪਾਏ ਹੈ, ਸਰਦੀਆਂ 'ਚ ਕੀ ਹੁੰਦਾ, ਚੀਜ਼ਾਂ ਖੁਸ਼ਕ ਹੁੰਦੀਆਂ, ਅਸੀਂ ਵੇਖਦੇ ਹਾਂ ਨਾ, ਥੋੜ੍ਹਾ ਜਿਹਾ ਹੱਥ ਲਾਇਆ ਡਰਾਈ ਹੈ, ਵਾਈਟ ਲਾਈਨ ਆ ਜਾਂਦੀ, ਜੀ ਜੀ ਜੀ, ਅਸੀਂ ਇਹਨੂੰ ਨਰਿਸ਼ ਕਰਨਾ, ਮੋਇਸਚਰ ਕਰਨਾ, ਅਸੀਂ ਸਰਦੀਆਂ 'ਚ ਕੀ ਕਰਨਾ, ਤੇਲ ਲਾਉਂਦੇ ਹਾਂ ਜੀ, ਬਿਲਕੁਲ ਲਗਾਉਣਾ, ਉਹ ਤੇਲ ਕਿਸ ਚੀਜ਼ ਦਾ ਲਾਉਣਾ ਹੈ, ਇਹੀ ਤਾਂ ਗੱਲ ਹੈ, ਤੇਲ ਅਸੀਂ ਬਦਾਮ ਦਾ ਲਾਉਂਦੇ ਹਾਂ, ਅਸੀਂ ਬਦਾਮ ਦਾ ਤੇਲ ਮਾਰਕੀਟ ਤੋਂ ਲਿਆਉਂਦੇ ਹਾਂ, ਜਿਹਦੇ 'ਚ ਬਦਾਮ ਘੱਟ ਹੁੰਦਾ, ਤੇਲ ਵੱਧ ਹੁੰਦਾ, ਪਾਮ ਆਇਲ ਹੀ ਪਾਈ ਜਾਂਦੇ ਨੇ ਜੀ, ਬਸ ਮੈਂ ਕਹਿਣਾ ਨਹੀਂ ਚਾਹੁੰਦਾ ਇਸ ਪਲੇਟਫਾਰਮ ਤੇ, ਸਮਝਦਾਰ ਸਾਰੇ ਹੈ, ਸਭ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ, ਇਹਨਾਂ ਦੇ ਦੁੱਧ ਪਿੰਡਾਂ 'ਚ ਨਿਕਲਦਾ ਨਹੀਂ ਜਿੰਨੀ ਇੱਕ ਹਲਵਾਈ ਕੋਲ ਹੁੰਦਾ, ਸਹੀ ਗੱਲ, ਐਵੇਂ ਓਰੀਜਨਲ ਚੀਜ਼ਾਂ ਜਦੋਂ ਅਸੀਂ ਤੇਲ ਦੀਆਂ ਪਾ ਦਿੰਦੇ ਹਾਂ, ਇਹ ਫੇਸ ਓਇਲ ਹੈ ਜਿਹੜਾ ਅਸੀਂ ਲਾ ਦਿੰਦੇ ਹਾਂ, ਫੇਸ ਓਇਲ ਲਾ ਕੇ ਕਲੀਅਰ ਹੋ ਜਾਂਦਾ ਕੰਮ, ਉਹ ਬਿਲਕੁਲ ਸਕਿਨ ਜਿਹੜੀ ਹੈ ਨੋਰਮਲ ਹੋ ਜਾਂਦੀ ਹੈ ਸਰਦੀਆਂ 'ਚ। ਅਤੇ ਗਰਮੀਆਂ ਵਾਸਤੇ ਤੁਹਾਡੇ ਕੋਲ ਕੀ ਨੁਸਖਾ ਫਾਰਮੂਲਾ ਆਯੁਰਵੈਦਿਕ ਵਾਲਾ, ਜਾਂ ਤੁਹਾਡੇ ਕੋਲ ਜਿਹੜੇ ਤੁਸੀਂ ਨੁਸਖੇ ਬਣਾਏ ਹੋਏ ਨੇ? ਗਰਮੀ 'ਚ ਸਾਡੀ ਸਕਿਨ ਬੜੀ ਓਇਲੀ ਹੋ ਜਾਂਦੀ ਹੈ, ਮਤਲਬ ਪਸੀਨੇ ਹੀ ਪਸੀਨਾ, ਪਸੀਨੇ ਹੀ ਪਸੀਨਾ। ਦੇਖੋ, ਪਸੀਨਾ ਆਉਣਾ ਬੋਡੀ ਵਾਸਤੇ ਚੰਗਾ ਹੈ, ਠੀਕ ਹੈ, ਪਸੀਨਾ ਆਉਣਾ ਚਾਹੀਦਾ, ਬੋਡੀ 'ਚ ਦੋ ਐਸੀ ਮੇਨ ਔਰਗਨਸ ਹੈਗੇ ਜਿਹੜੇ ਸਰੀਰ ਤੋਂ ਵੇਸਟ ਕੱਢਦੇ ਆ, ਜਿਹੜਾ ਨਿਕਲਣਾ ਜ਼ਰੂਰੀ ਹੈ,
ਇੱਕ ਤੇ ਕਿਡਨੀ ਹੈ, ਠੀਕ ਹੈ। ਕਿਡਨੀ ਕੀ ਕਰਦੀ ਹੈ? ਖੂਨ ਨੂੰ ਸਾਫ ਕਰਦੀ ਹੈ, ਪਿਸ਼ਾਬ ਦੇ ਰਾਹੀਂ ਉਹ ਵੇਸਟ ਨੂੰ ਬਾਹਰ ਕੱਢ ਦਿੰਦੀ। ਦੂਜਾ ਸਕਿਨ ਹੈ, ਓਕੇ, ਜਿਹੜਾ ਇਹ ਪਸੀਨਾ ਆਉਂਦਾ ਹੈ ਨਾ, ਪਸੀਨੇ ਦਾ ਟੈਸਟ ਕਰ ਲਓ ਤੇ ਯੂਰੀਨ ਦਾ ਟੈਸਟ ਕਰ ਲਓ, ਇਹਨਾਂ ਦੀ ਰਿਪੋਰਟ ਸੇਮ ਹੈ। ਕਿਆ ਬਾਤ, ਸਿਰਫ ਕੰਸੈਂਟ੍ਰੇਸ਼ਨ ਦਾ ਹੀ ਫਰਕ, ਉਹ ਗਾੜਾ ਹੁੰਦਾ ਹੈ, ਇਹ ਗਾੜਾ ਨਹੀਂ ਹੁੰਦਾ। ਕਈ ਦੇਖਿਆ ਨਾ ਲੋਕਾਂ ਦੇ ਪਸੀਨੇ ਚੋਂ ਸਮੈਲ ਆਉਂਦੀ ਹੈ, ਉਹ ਜ਼ਿਆਦਾ ਵੇਸਟ ਨਿਕਲ ਰਿਹਾ। ਅੱਛਾ, ਉਹ ਬਦਹੂਦ, ਜੇ ਇਹ ਨੁਸਖੇ ਫਾਰਮੂਲੇ, ਚਲੋ ਤੁਸੀਂ ਬਹੁਤ ਵਧੀਆ ਇੱਕ ਮੈਨੂੰ ਸਵਾਲ ਦਿੱਤਾ ਹੈ, ਗਰਮੀਆਂ ਦੇ ਵਿੱਚ ਬਹੁਤ ਲੋਕ ਨੇ ਚੰਗਾ ਖਾਂਦੇ ਨੇ, ਐਕਸਰਸਾਈਜ਼ ਲਾਉਂਦੇ ਨੇ, ਸੰਤੁਲਿਤ ਭੋਜਨ ਹੈ ਉਹਨਾਂ ਦਾ, ਹਰ ਚੀਜ਼ ਪਰਫੈਕਸ਼ਨ ਦੇ ਵਿੱਚ ਉਹ ਮੰਨਦੇ ਨੇ, ਲੇਕਿਨ ਕਹਿੰਦੇ ਨੇ ਵੀ ਸਾਡੇ ਪੈਰਾਂ 'ਚੋਂ, ਸਾਡੇ ਸਰੀਰ 'ਚੋਂ ਬੜੀ ਸਮੈਲ ਆਉਂਦੀ ਹੈ, ਪਸੀਨੇ ਦੀ ਸਮੈਲ ਹਟੂਗੀ? ਹਟ ਜਾਂਦੀ ਹੈ ਪਸੀਨੇ ਦੀ ਸਮੈਲ। ਐਸੀ ਜੜੀ ਬੂਟੀਆਂ ਜੈਸੇ ਨਿੰਬਾ ਦੀ ਵੱਟੀ ਹੈ ਜੀ, ਇਹ ਕਾੜਾ ਹੈ, ਖੂਨ ਨੂੰ ਸਾਫ ਕਰਨ ਵਾਲਾ ਕਾੜਾ ਹੈ, ਇਹ ਜੜੀ ਬੂਟੀਆਂ ਹੈ ਜਿਹਦੇ ਨਾਲ ਅਸੀਂ ਗੋਲੀ ਬਣਾਈ ਹੈ। ਇਹ ਤੁਸੀਂ ਜਿਹੜੀ ਗੱਲ ਕੀਤੀ ਨਾ ਉਹਦੇ ਨਾਲ, ਇਹ ਰਕਤ ਸ਼ੋਧਕ ਵੱਟੀ ਹੈ, ਓਕੇ, ਖੂਨ ਨੂੰ ਸਾਫ ਕਰਨ ਦੀ ਗੋਲੀ ਹੈ ਜੀ। ਜਦੋਂ ਖੂਨ ਸਾਫ ਹੋ ਜਾਂਦਾ ਨਾ, ਖੂਨ ਸਾਫ ਹੋਣ ਤੋਂ ਬਾਅਦ ਅੱਧਾ ਕੰਮ ਪਸੀਨੇ ਦਾ ਤੇ ਉਧਰੋਂ ਹੀ ਹੋ ਗਿਆ ਕਿ ਉਹ ਪਸੀਨਾ ਯੂਰੀਨ ਦੇ ਥਰੂ ਆ ਜਾਂਦਾ, ਓਕੇ, ਜਦੋਂ ਖੂਨ ਹੀ ਸਾਫ ਹੋ ਗਿਆ ਸਾਡਾ। ਜਦੋਂ ਉਹ ਚੀਜ਼ਾਂ ਨਿਕਲ ਜਾਣਗੀਆਂ ਬੋਡੀ ਤੋਂ, ਪਸੀਨਾ ਥੋੜਾ ਜਿਹਾ ਸਾਫ ਆਏਗਾ, ਸਮੈਲ ਘਟੇਗੀ। ਇੱਕ ਦੂਜਾ, ਤੁਸੀਂ ਆਪਣੀ ਬੋਡੀ ਨੂੰ ਰੋਜ਼ ਸਾਫ ਕਰਨਾ ਹੈ ਪਾਣੀ ਦੇ ਨਾਲ, ਹਫ਼ਤੇ 'ਚ ਇੱਕ ਵਾਰੀ ਦੋ ਵਾਰੀ ਨਿੰਮ ਦੀ ਪੱਤੀਆਂ ਨੂੰ ਪਾ ਕੇ ਪਾਣੀ 'ਚ ਉਬਾਲ ਕੇ ਇਹਦੇ ਨਾਲ ਨਹਾਉਣਾ, ਬਿਲਕੁਲ ਸਾਫ ਹੋ ਜਾਂਦੀ ਹੈ। ਅਤੇ ਫਿਰ ਸਾਡੀ ਇੱਕ ਆਦਤ ਹੋਰ ਵੀ ਹੈ ਜੀ, ਨਹਾਉਣ ਨਹਾਉਣ ਤੋਂ ਬਾਅਦ ਅਸੀਂ ਕਹਿੰਦੇ ਵੀ ਸਾਡੀ ਬੋਡੀ ਦਾ ਜਿਹੜਾ ਮੋਇਸਚਰ ਹੈਗਾ ਉਹ ਕਿਤੇ ਖਤਮ ਨਾ ਹੋ ਜਾਵੇ, ਉਹਦੇ ਵਾਸਤੇ ਵੀ ਕੋਈ ਨੁਸਖਾ ਫਾਰਮੂਲਾ? ਦੇਖੋ, ਬੋਡੀ ਨੂੰ ਲੁਬਰੀਕੇਟ ਕਰਨਾ ਚਾਹੀਦਾ। ਅਸੀਂ ਤੇਲ ਲਗਾ ਲੈਂਦੇ ਪਹਿਲਾਂ ਉਹਦੇ ਵਾਸਤੇ, ਠੀਕ ਹੈ। ਮੈਂ ਇੱਕ ਐਸਾ ਤੇਲ ਦੱਸਣ ਲੱਗਾ, ਘਰੇਲੂ ਨੁਸਖਾ, ਇਸ ਗੱਲ ਨੂੰ ਸੇਵ ਕਰ ਲਓ, ਕਿਸੇ ਨੂੰ ਕੋਈ ਵੀ ਬਿਮਾਰੀ ਹੈ ਉਹਦੇ ਤੇ ਕੰਮ ਕਰੇਗਾ, ਠੀਕ ਹੈ। ਲੋਹੇ ਦੀ ਕੜਾਈ ਲੈ ਲਓ, ਠੀਕ ਹੈ, ਉਹਦੇ ਸਰੋਂ ਦਾ ਤੇਲ ਪਾ ਲਓ, ਠੀਕ ਹੈ, ਉਹਦੇ 'ਚ ਨਿੰਮ ਦੀ ਪੱਤੀਆਂ ਪਾਣੀਆਂ, ਕੱਲੀਆਂ ਪੱਤੀਆਂ ਤੇ ਤਣਾ, ਠੀਕ ਹੈ, ਇਹ ਉਹਦੇ 'ਚ ਪਾ ਦਿਓ, ਤੇਲ ਨੂੰ ਧੀਮੀ ਆਂਚ ਤੇ ਗਰਮ ਹੋਣ ਦਿਓ, ਠੀਕ ਹੈ। ਜਦੋਂ ਇਹ ਪੱਤੀਆਂ ਬਿਲਕੁਲ ਸੜ ਜਾਣ, ਭੁੰਨ ਗਈਆਂ ਪੱਤੀਆਂ, ਇਹਨੂੰ ਛਾਣ ਕੇ ਤੇਲ ਨੂੰ ਕੰਚ ਦੇ ਬਰਤਨ 'ਚ ਰੱਖ ਲਓ, ਉਸ ਤੇਲ ਨੂੰ ਅਪਲਾਈ ਕਰਨਾ ਸ਼ੁਰੂ ਕਰੋ, ਠੀਕ ਹੈ। ਕਿਆ ਹੀ ਬਾਤ ਹੈ, ਕਿਆ ਬਾਤ ਹੈ, ਮਤਲਬ ਮੋਇਸਚਰ ਬਣਿਆ ਰਹੇਗਾ। ਮੈਂ ਕਹਿੰਦਾ ਜੀ ਕਿਆ ਹੀ ਬਾਤ ਹੈ, ਕਿਆ ਬਾਤ ਹੈ ਜੀ, ਇਹਨੂੰ ਵਰਤੋਂ ਕਰ ਲਓ, ਫਿਰ ਤੁਸੀਂ ਮੈਨੂੰ ਫੋਨ ਕਰਿਆ ਜੀ, ਵੀ ਅਸੀਂ ਵਰਤੋਂ ਕੀਤਾ ਸੀ ਜੀ, ਮਜ਼ਾ ਆ ਗਿਆ। ਡਾਕਟਰ ਸਾਹਿਬ, ਅਸੀਂ ਬਹੁਤ ਸਾਰੇ ਹੇਰਵੇ, ਜਿਹਨੂੰ ਪੰਜਾਬੀ 'ਚ ਅਸੀਂ ਕਹਿ ਲਈਏ ਕਿ ਅਸੀਂ ਹੇਰਵੇ ਕਰ ਲਏ, ਟੋਟਕੇ, ਨੁਸਖੇ, ਫਾਰਮੂਲੇ, ਯੂਟਿਊਬ, ਅਸੀਂ ਮਤਲਬ ਇਹ ਹੈ ਕਿ ਗੂਗਲ ਅਸੀਂ ਛੰਨੀ ਛੰਨੀ ਕਰਤਾ, ਲੇਕਿਨ ਸਾਡੀਆਂ ਸਕਿਨ ਦੀਆਂ ਜਿਹੜੀਆਂ ਪ੍ਰੋਬਲਮ ਨੇ ਸੇਮ ਬਣੀਆਂ ਰਹਿੰਦੀਆਂ ਨੇ। ਜਿਹਦੇ ਦਾਗ ਨੇ ਉਹ ਦਾਗ ਨਹੀਂ ਹਟਦੇ, ਕਈ ਸਾਲ ਹੋ ਗਏ, ਜਿਹਨਾਂ ਨੂੰ 15 ਸਾਲ ਤੋਂ ਐਲਰਜੀ ਹੈਗੀ ਹੈ, ਸਕਿਨ ਦੀ ਐਲਰਜੀ ਨਹੀਂ ਹਟਦੀ, ਜਿਹੜਾ ਸਕਿਨ ਦਾ ਰੁੱਖਾਪਨ ਹੈ ਉਹ ਰੁੱਖਾਪਨ ਜਾ ਹੀ ਨਹੀਂ ਰਿਹਾ, ਮਤਲਬ ਫਿਰ ਉਹਦਾ ਹੱਲ ਕੀ ਹੈ ਜੀ? ਉਹਦਾ ਹੱਲ ਆਯੁਰਵੇਦ ਦੇ ਵਿੱਚ ਹੈ, ਜਿਹਨਾਂ ਦੇ ਸਾਰੇ ਪਾਸੇ ਉਹ ਹੱਥ ਵੀ ਪੈਰ ਵੀ ਦੋ ਵੀ ਖੜੇ ਹੋ ਗਏ, ਵਾਲ ਝੜਦੇ ਹੈ, ਵਾਲਾਂ 'ਚ ਸੋਰੇਸਿਸ ਹੋ ਗਿਆ, ਵਾਲ ਰੁੱਖੇ ਹੋ ਗਏ ਹੈ, ਦਾਦ ਖਾਜ ਖੁਜਲੀ ਹੋ ਗਈ, ਇਹ ਸਾਰੀ ਚੀਜ਼ਾਂ ਦਾ, ਸੋਰੇਸਿਸ ਹੋ ਗਈ, ਐਗਜ਼ੀਮਾ ਹੋ ਗਿਆ, ਸਾਰੀ ਚੀਜ਼ਾਂ ਦਾ ਹੱਲ ਆਯੁਰਵੇਦ 'ਚ ਦੱਸਿਆ। ਇਹਨਾਂ ਤੋਂ ਇਲਾਵਾ ਜਿਹੜਾ ਉਹ ਹੱਲ ਦੱਸਿਆ ਹੋਇਆ ਉਹ ਅਸੀਂ ਹੱਲ ਕਿੱਟ 'ਚ, ਸ਼ੈਂਪੂ 'ਚ, ਕੰਡੀਸ਼ਨਰ 'ਚ, ਕਰੀਮ 'ਚ, ਉਹ ਸਾਰੀ ਜੜੀਆਂ ਬੂਟੀਆਂ ਪਾ ਕੇ ਇਨ ਸ਼ੀਸ਼ੀਆਂ 'ਚ ਬੰਦ ਕਰਤਾ, ਓਕੇ, ਫਿਰ ਉਹਦਾ ਹੱਲ ਇੱਥੇ ਹੈ, ਫਿਰ ਅਸੀਂ ਇਹ ਜੜੀ ਬੂਟੀਆਂ ਦਿੰਦੇ ਹਾਂ, ਉਹਦੇ ਨਾਲ ਇਹ ਸਾਰੀ ਚੀਜ਼ਾਂ ਠੀਕ ਹੋ ਜਾਂਦੀਆਂ, ਸਕਿਨ ਦੀ ਕੋਈ ਵੀ ਬਿਮਾਰੀ ਹੈ। ਕਿੰਨੇ ਟਾਈਮ 'ਚ ਐਵਰੇਜ ਰਿਜ਼ਲਟ? ਤੇ 5ਵੇਂ 6ਵੇਂ ਦਿਨ ਹੀ ਦਿਖਣਾ ਸ਼ੁਰੂ ਹੋ ਜਾਂਦਾ ਹੈ, ਜਿਹੜੀ ਮਰਜ਼ੀ ਪ੍ਰੋਬਲਮ, ਜਿਹੜੀ ਮਰਜ਼ੀ ਸੋਰੀਅਸਿਸ ਹੈ, ਉਹ ਮਰੀਜ਼ 4ਵੇਂ 5ਵੇਂ ਦਿਨ ਕਹਿ ਦਿੰਦਾ ਯਾਰ ਮੈਨੂੰ ਖਾਰਿਸ਼ ਹਟ ਗਈ, ਓਕੇ, ਮੈਂ ਤੇ ਖੁਰਕ ਖੁਰਕ ਕੇ ਖੂਨ ਲਿਆਂਦਾ ਸੀ ਉਹ ਹਟ ਗਿਆ, ਜਿਹਦੇ ਵਾਲ ਝੜਨੇ ਆ ਉਹ ਜਦੋਂ
ਸ਼ੈਂਪੂ ਕਰਕੇ ਕੰਘੀ ਕਰਦੀ ਸੀ ਸਾਡੀ ਮਾਤਾ ਭੈਣ, ਉਹ ਕਹਿੰਦੀ ਸੀ ਥੱਲੇ ਗੁੱਛਾ ਆ ਜਾਂਦਾ, ਉਹ ਕਹਿੰਦੀ ਸੀ ਪਹਿਲੇ 100 ਵਾਲ ਆਉਂਦੇ ਸੀ 10 ਰਹਿ ਗਏ ਆ, ਉਹ ਪਹਿਲੇ ਵਾਸ਼ ਤੋਂ ਹੀ ਸ਼ੁਰੂ ਹੋ ਜਾਂਦਾ ਕੰਮ। ਓਕੇ, ਇਹ ਰਿਜ਼ਲਟ ਇੰਸਟੈਂਟ ਦਿੰਦੀਆਂ ਚੀਜ਼ਾਂ, ਔਰ ਇਹ ਉਹ ਚੀਜ਼ਾਂ ਹੈਗੀਆਂ ਜਿਹੜਾ ਰਿਜ਼ਲਟ ਇਹਨਾਂ ਦਾ ਦਿਖਦਾ ਹੈ। 100 ਵਾਲ ਡਿੱਗਦੇ ਸੀ, 10 ਡਿੱਗਣ ਲੱਗ ਗਏ, ਕਿਉਂ? ਬਦਲ ਲਿਆ ਵੀ, ਆਯੁਰਵੈਦਿਕ ਚੀਜ਼ ਵਰਤਣ ਲੱਗ ਗਏ। ਥੋੜੇ ਜਿਹੜਾ ਤੁਸੀਂ ਤੇਲ ਲਗਾਇਆ ਨਾ ਜੀ ਕੇਸਰ ਵਾਲਾ, ਇਹਦੀ ਫ੍ਰੈਗਨੈਂਸ ਹੁਣ ਤੱਕ ਨਹੀਂ ਜਾ ਰਹੀ? ਮੈਂ ਤਾਂ ਇਹ ਤੇ ਜਾਣੀ ਨਹੀਂ ਜੀ, ਇਹ ਤੇ ਇਹਨੂੰ ਧੋ ਵੀ ਲਓਗੇ ਨਾ ਤਾਂ ਵੀ ਨਹੀਂ ਜਾਣੀ, ਕਿਉਂਕਿ ਇਹ ਕੇਸਰ ਤੁਹਾਡੀ ਸਕਿਨ ਦੇ ਥੱਲੇ ਚਲਾ ਗਿਆ। ਕਿਆ 8 ਲੇਅਰ ਟੱਪ ਕੇ ਥੱਲੇ ਚਲਾ ਗਿਆ, ਇਹ ਥੱਲੋਂ ਨਰਿਸ਼ ਕਰ ਰਿਹਾ ਹੁਣ ਤੁਹਾਡੀ ਸਕਿਨ ਨੂੰ, ਇਹ 24 ਘੰਟੇ ਨੇ ਇਹੀ ਕੰਮ ਕਰੀ ਜਾਣਾ। ਕਿਆ ਬਾਤ ਹੈ! ਮਤਲਬ ਜਿਹਨਾਂ ਨੂੰ ਪਸੀਨੇ ਦੀ ਸਮੈਲ ਜਿਹਨਾਂ ਦੇ ਬੋਡੀ ਦੇ ਵਿੱਚੋਂ ਆਉਂਦੀ ਹੈ ਉਹ ਲਗਾ ਸਕਦੇ ਨੇ। ਹਾਂ, ਇੱਕ ਹੀ ਤੁਪਕਾ ਬਹੁਤ ਹੈ, ਇੱਕ ਤੁਪਕਾ ਪੂਰੇ ਚਿਹਰੇ ਵਾਸਤੇ, 2 ਤੁਪਕੇ ਚਾਹੀਦੇ, ਇੱਕ ਤੁਪਕਾ ਇਸ ਪਾਸੇ, ਇੱਕ ਤੁਪਕਾ ਇਸ ਪਾਸੇ, ਇਹਨੂੰ ਹੀ ਪੂਰੇ ਚਿਹਰੇ ਤੇ ਲਾ ਲਓ। ਕਿਆ ਹੀ ਬਾਤ! ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬੜੇ ਘੈਂਟ ਨੁਸਖੇ ਦੇਣ ਵਾਸਤੇ। ਮੈਨੂੰ ਲੱਗਦਾ ਹੈ ਕਿ ਇਸ ਤੋਂ ਉੱਪਰ ਸ਼ਾਇਦ ਹੀ ਕੋਈ ਗੱਲ ਪਿੱਛੇ ਰਹਿ ਗਈ ਹੋਵੇ, ਬਹੁਤ ਤਰੀਕੇ ਨਾਲ ਔਰ ਬਹੁਤ ਸਾਦੇ ਢੰਗ ਦੇ ਵਿੱਚ ਤੁਸੀਂ ਜਿਹੜਾ ਕੈਮੀਕਲ ਬਾਰੇ ਵੀ ਸਮਝਾਇਆ, ਸ਼ੈਂਪੂ ਆ ਸਾਬਣਾਂ ਬਾਰੇ ਵੀ ਸਮਝਾਇਆ, ਔਰ ਉਮੀਦ ਕਰਦਾ ਕਿ ਜਿਹੜਾ ਸ਼ਖਸ, ਜਿਹੜੀ ਸਾਡੀ ਭੈਣ, ਜਿਹੜੀ ਸਾਡੀ ਮਾਂ ਇਹ ਵੀਡੀਓ ਦੇਖ ਲੇਗੀ, ਘੱਟੋ ਘੱਟ ਨਿੰਮ ਨੂੰ ਤਾਂ ਇਸਤੇਮਾਲ ਜ਼ਰੂਰ ਕਰਨ ਲੱਗ ਜਾਏਗੀ। ਜ਼ਰੂਰ ਕਰਨਾ ਚਾਹੀਦਾ, ਨਿੰਮ ਨਾਲ ਲਾਉਣਾ ਵੀ ਚਾਹੀਦਾ ਅਤੇ ਦਾਤਨ ਵੀ ਕਰਨੀ ਹੈ। ਤੁਸੀਂ ਵਰਤੋਂ ਕਰੋ, ਸਾਰੀ ਸਕਿਨ ਦੀ ਪ੍ਰੋਬਲਮ ਠੀਕ, ਖੂਨ ਦੀ ਸਾਰੀ ਬਿਮਾਰੀਆਂ ਠੀਕ। ਕਿਆ ਬਾਤ ਹੈ! ਜੀ ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ। ਅੱਛਾ, ਇੱਕ ਆਖਰ ਦੇ ਵਿੱਚ ਡਾਕਟਰ ਸਾਹਿਬ ਇੱਕ ਸਮਝਾਉਂਦੇ ਨੇ, ਇਹ ਵੀ ਦੱਸ ਦਿਓ ਜੇ ਤੁਹਾਨੂੰ ਮਿਲਣਾ ਹੋਵੇ, ਕਿਉਂਕਿ ਲੋਕ ਮੈਨੂੰ ਫੋਨ ਕਰਦੇ ਨੇ, ਉਹ ਕਹਿੰਦੇ ਅਸੀਂ ਡਾਕਟਰ ਸਾਹਿਬ ਨੂੰ ਮਿਲਣਾ, ਮਤਲਬ ਉਹ ਢੰਗ ਕੀ ਹੈਗਾ, ਇੱਥੇ ਤੁਹਾਡੇ ਕੋਲ ਲਾਈਨ ਲੱਗੀ ਰਹਿੰਦੀ ਹੈ ਜੀ ਮਿਲਣ ਵਾਲਿਆਂ ਦੀ? ਮੇਰਾ ਨੰਬਰ ਥੱਲੇ ਚੱਲ ਰਿਹਾ, ਮੇਰੇ ਨੰਬਰ 'ਤੇ ਫੋਨ ਕਰਕੇ, ਟੀਮ ਦੇ ਨਾਲ ਗੱਲ ਕਰਕੇ ਤੁਸੀਂ ਮੈਨੂੰ ਮਿਲ ਸਕਦੇ ਹੋ। ਮਿਲਣਾ ਕੋਈ ਮੁਸ਼ਕਿਲ ਨਹੀਂ ਹੈ, ਪਰ ਸਮੇਂ ਦੀ ਪਾਬੰਦੀ ਹੁੰਦੀ ਹੈ, ਬਈ ਤੁਸੀਂ ਜਿਹੜਾ ਟਾਈਮ ਲਓ ਉਸ ਟਾਈਮ 'ਤੇ ਆ ਕੇ ਤੁਸੀਂ ਮਿਲ ਲਓ, ਨੰਬਰ ਦਿੱਤੇ ਹੋਏ ਹੈ, ਤੁਸੀਂ ਫੋਨ ਕਰ ਸਕਦੇ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਸਵਾਲ, ਜਿਹੜੀ ਭੈਣ ਸਾਡੇ ਕੋਲ ਇੱਥੇ ਬੈਠੀ ਸੀ ਜਦੋਂ ਅਸੀਂ ਆਏ ਹਾਂ ਇੱਥੇ, ਉਹ ਕਹਿੰਦੇ ਸੀ ਮੇਰੇ ਵਾਲਾਂ ਨੂੰ ਬੜਾ ਫਰਕ ਪੈ ਗਿਆ, ਉਹਨਾਂ ਨੂੰ ਕਿਹੜਾ ਨੁਸਖਾ ਫਾਰਮੂਲਾ ਦੱਸਿਆ ਸੀ? ਦੇਖੋ, ਉਹਨਾਂ ਦੇ ਵਾਲਾਂ ਇਹ ਸਿਕਰੀ ਸੀ ਅਤੇ ਉਹ ਜਿਹੜੀ ਚੀਜ਼ ਵਰਤੋਂ ਕਰ ਰਹੇ ਸੀ ਉਹ ਉਹਨਾਂ ਦੇ ਵਾਲਾਂ ਦੀ ਜੜ੍ਹਾਂ ਨੂੰ ਖਤਮ ਕਰ ਰਹੀ ਸੀ। ਉਹਨੂੰ ਅਸੀਂ ਸ਼ੈਂਪੂ ਅਤੇ ਕੰਡੀਸ਼ਨਰ ਦਿੱਤਾ ਸੀ, ਨਾਲੇ ਹੇਅਰ ਸੀਰਮ ਦਿੱਤਾ ਸੀ। ਅੱਛਾ ਜੀ। ਉਹ 15 ਦਿਨ ਪਹਿਲੇ ਮੇਰੇ ਕੋਲ ਆਏ ਸੀ, 15 ਦਿਨ ਬਾਅਦ ਹੀ ਉਹਨਾਂ ਦਾ ਉਹ ਰੁੱਖਾਪਨ ਖਤਮ ਹੋ ਗਿਆ ਅਤੇ ਉਹ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਸੀ ਨਾ, 100 ਡਿੱਗਦੇ ਆ ਅਤੇ 10 ਡਿੱਗਣ ਲੱਗੇ, ਇਹ ਉਹਨਾਂ ਦੀ ਵਰਡਿੰਗ ਸੀ ਜਿਹੜੀ ਮੈਂ ਯੂਜ਼ ਕਰ ਲਈ। ਉਹਨਾਂ ਦੇ 100 ਵਾਲ ਡਿੱਗਦੇ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਕੰਘੀ ਇੱਦਾਂ ਮਾਰਦੀ ਸੀ ਅਤੇ ਵਾਸ਼ ਬੇਸ਼ਨ 'ਚ ਵਾਲ ਹੀ ਵਾਲ ਦਿਖਦੇ ਸੀ, ਉਹ ਕਹਿੰਦੀ ਮੇਰੇ ਘੱਟ ਗਏ। ਕਿਆ ਬਾਤ ਹੈ! ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਮਾਡਰਨ ਲੋਕਾਂ ਦੇ ਦੇਸੀ ਵੈਦ, ਨਾੜੀ ਫੜ ਕੇ ਅਸੀਂ ਨਬਜ਼ ਪਹਿਚਾਨਣ ਵਾਲੇ, ਨਬਜ਼ ਫੜ ਕੇ ਬਿਮਾਰੀ ਪਹਿਚਾਨਣ ਵਾਲੇ ਡਾਕਟਰ ਵਿਵੇਕ ਆਹੂਜਾ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੇ ਸਾਬਣਾਂ, ਸ਼ੈਂਪੂ, ਕੰਡੀਸ਼ਨਰ ਜਿਹੜੇ ਕੈਮੀਕਲ ਭਰਪੂਰ ਨੇ ਉਹ ਸਾਡੀ ਸਕਿਨ ਨੂੰ ਕਿਵੇਂ ਅਲਰਜੀ ਨਾਲ ਔਰ ਹੋਰ ਬਿਮਾਰੀਆਂ ਨਾਲ ਜਿਹੜਾ 2-2 4-4 ਕਰ ਰਹੇ ਨੇ, ਔਰ ਉਹਨਾਂ ਦਾ ਕਹਿਣਾ ਕਿ ਜੇਕਰ ਅਸੀਂ ਹਲਦੀ, ਚੰਦਨ ਔਰ ਜਿਹੜਾ ਮੁਲੱਠੀ ਦਾ ਇਸਤੇਮਾਲ, ਨਿੰਮ ਦਾ ਇਸਤੇਮਾਲ ਆਪਣੀ ਜ਼ਿੰਦਗੀ ਦੇ ਵਿੱਚ ਵਧਾ ਦਈਏ ਤਾਂ ਸਕਿਨ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਕਾਫੀ ਹੱਦ ਤੱਕ ਜਿਹੜੀਆਂ ਉਹ ਨਹੀਂ ਆਉਣਗੀਆਂ। ਸੋ ਪਰ ਮੇਰੀ ਗੁਜ਼ਾਰਿਸ਼, ਮੇਰੀ ਅਪੀਲ, ਮੇਰੀ ਤੁਹਾਨੂੰ ਦਲੀਲ ਇਹੋ ਹੈ ਕਿ ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ, ਹਕੀਮ, ਡਾਕਟਰ ਦੀ ਸਲਾਹ ਤੁਸੀਂ ਜ਼ਰੂਰ ਲੈਣੀ ਹੈ। ਧੰਨਵਾਦ।